ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸੋਈ ਕਰਾਏ ਜੋ ਤੁਧ ਭਾਵੈ ਮੋਹਿ ਸਿਆਨਪ ਕਛੂ ਨਾ ਆਵੈ ਹਮ ਬਾਰਕ ਤਉ ਸਰਨਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਿਤ ਪਾਲਣ ਲਾਗਾ ਕਰੀ ਤੇਰਾ ਕਰਾਇਆ ਰਹਾਉ ਜੀ ਜੰਤ ਤੇਰੇ ਤਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੇ ਕਰਾਵੈ ਸੋ ਕਰਨਾ ਨਾਨਕ ਦਾਸ ਤੇਰੀ ਸਰਨਾ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਗੁਰਪੂਰੈ ਕਿਰਪਾ ਧਾਰੀ ਪੂਰੀ ਲੋਚ ਹਮਾਰੀ ਕਿਰਪਾ ਧਾਰੇ ਪ੍ਰਭ ਪੂਰੀ ਲੋਚ ਹਮਾਰੀ ਗੁਰਪੂਰੈ ਕਿਰਪਾ ਧਾਰੇ ਪੂਰੀ ਲੋਚ ਹਮਾਰੀ ਗੁਰਪੂਰੈ ਕਿਰਪਾ ਪ੍ਰਭ ਪੂਰੀ ਲੋਚ ਹਮਾਰੀ ਕਿਰਪਾ ਧਾਰੇ ਪ੍ਰਭ ਪੂਰੀ ਲੋਚ ਹਮਾਰੇ ਪੂਰਾ ਕਿਰਪਾ ਧਾਰੇ ਪੂਰੀ ਲੋਚ ਹਮਾਰੇ
ਕਿਰਪਾ ਧਾਰੇ ਪ੍ਰਭ ਪੂਰੀ ਲੋਚ ਹਮਾਰੇ। ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤ ਹੋ ਰਾਮ ਨਾਮ ਨਿਰਸਤਰੀਐ ਉਠਤ ਬੈਠਤ ਹਰ ਹਰ ਧਿਆਈਐ ਅਨ ਦਿਨ ਸੋ ਕਿਰਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ ਕੋਟ ਜਨਮ ਕੇ ਕਿਲ ਵਿਖ ਨਾਸੈ ਹਰ ਚਰਨੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸਚ ਸਾਖੀ ਬਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਹੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਗੁਰਪੂਰੇ ਕਿਰਪਾ ਧਾਰੇ ਪ੍ਰਭ ਪੂਰੇ ਲੋਚ ਹਮਾਰੇ ਗੁਰਪੂਰੇ ਕਿਰਪਾ ਧਾਰੇ ਪੂਰੀ ਲੋਚ ਹਮਾਰੇ ਕਿਰਪਾ ਧਾਰੇ ਪ੍ਰਭ ਪੂਰੇ ਲੋਚ ਹਮਾਰੇ ਗੁਰਪੂਰੇ ਕਿਰਪਾ ਪੂਰੇ ਲੋਚ ਹਮਾਰੇ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦੂਰੋਂ ਨੇੜਿਓਂ ਚੱਲ ਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਅਸਥਾਨ 'ਤੇ ਪਹੁੰਚ ਕੇ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸੰਧਿਆ ਦੇ ਦੀਵਾਨ ਵਿੱਚ ਰਹਿਰਾ ਸਾਹਿਬ ਦੇ ਪਾਠ ਸਰਵਣ ਕੀਤੇ ਹਨ ਉਪਰੰਤ ਗੁਰਮੁਖ ਪਿਆਰਿਆਂ ਤੋਂ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਬਾਕੀ ਜੋ ਰਹਿੰਦਾ ਸਮਾਂ ਹੈ
ਉਹਨੂੰ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਕੋਈ ਗਾਵੈ ਕੋਈ ਸੁਣੈ ਕੋਈ ਕਰੇ ਵਿਚਾਰ ਕੋ ਉਪਦੇਸੈ ਕੋ ਦ੍ਰਿੜੈ ਤਿਸਕਾ ਹੋਏ ਉਧਾਰ। ਆਪਾਂ ਹਰੀ ਜਸ ਕੀਰਤਨ ਵਿਚਾਰਾਂ ਕਰਕੇ ਅਤੇ ਸੁਣ ਕੇ ਆਪਣੇ ਸਮੇਂ ਨੂੰ ਅਤੇ ਸਵਾਸਾਂ ਨੂੰ ਕੀਮਤੀ ਬਣਾਉਣਾ ਹੈ। ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ ਜੀ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਤਿਸੰਗ ਜੀ, ਭਾਵੇਂ ਗੁਰਮਤਿ ਅਨੁਸਾਰ ਗੁਰਸਿੱਖਾਂ ਵਾਸਤੇ ਕੋਈ ਦਿਨ ਖਾਸ ਨਹੀਂ ਹੁੰਦਾ, ਕਿਉਂਕਿ ਗੁਰਸਿੱਖ ਨਿੱਤ ਕਰਮੀ ਹੈ। ਰੋਜ਼ ਇਸ਼ਨਾਨ ਕਰਨਾ, ਰੋਜ਼ ਨਿਤਨੇਮ ਕਰਨਾ, ਰੋਜ਼ ਸਿਮਰਨ ਕਰਨਾ, ਰੋਜ਼ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ, ਗੁਰਸਿੱਖ ਨਿੱਤ ਕਰਮੀ ਹੈ। ਪਰ ਕੁਛ ਨਿਮਿੱਤ ਦਿਹਾੜੇ ਵੀ ਗੁਰੂ ਘਰ ਦੇ ਵਿੱਚ ਸਾਹਿਬ ਸੱਚੇ ਪਾਤਸ਼ਾਹ ਦਾ ਵਚਨ ਹੈ, ਸਹੀ ਚੰਦ ਚੜ੍ਹੇ ਸੇ ਤਾਰੇ, ਸਹੀ ਦਿਨੀ ਅਰ ਤਪਤ ਰਹਿ। ਉਹੀ ਧਰਤੀ, ਉਹੀ ਸੂਰਜ, ਉਹੀ ਚੰਦਰਮਾ, ਉਹੀ ਪੌਣ ਪਾਣੀ, ਜਿਹੜੇ ਦਿਨ ਕਿਸੇ ਖਾਸ ਵਾਕਿਆ ਨਾਲ ਜੁੜ ਜਾਂਦੇ ਹੈ, ਕਿਸੇ ਗੁਰੂ ਸਾਹਿਬਾਨ ਦੇ ਜੀਵਨ ਨਾਲ ਜੁੜ ਜਾਂਦੇ, ਉਹ ਸਾਡੇ ਵਾਸਤੇ ਮਹੱਤਤਾ ਪੂਰਵਕ ਹੋ ਜਾਂਦੇ ਹੈ। ਜਿਵੇਂ 12 ਪੂਰਨਮਾਸ਼ੀਆਂ ਸਾਲ ਵਿੱਚ ਆਉਂਦੀਆਂ, ਪਰ ਕੱਤਕ ਦੀ ਪੂਰਨਮਾਸ਼ੀ ਸਾਡੇ ਵਾਸਤੇ ਬੜਾ ਮਾਇਨਾ ਰੱਖਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪ੍ਰਗਟ ਹੋਏ ਕੱਤਕ ਦੀ ਪੂਰਨਮਾਸ਼ੀ ਨੂੰ। 12 ਸੰਗਰਾਂਦਾਂ ਸਾਲ ਵਿੱਚ ਆਉਂਦੀਆਂ, ਪਰ ਜਿਹੜੀ ਵਿਸਾਖ ਦੀ ਸੰਗਰਾਂਦ ਹੈ, ਜਿੱਦਣ ਖਾਲਸਾ ਪ੍ਰਗਟ ਹੋਇਆ, ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਸ਼ ਕੀਤਾ ਸਾਨੂੰ ਸੱਚੇ ਪਾਤਸ਼ਾਹ ਨੇ, ਉਹ ਸੰਗਰਾਂਦ ਸਾਡੇ ਵਾਸਤੇ ਖਾਸ ਹੈ, ਮਹਿਣਾ ਰੱਖਦੀ ਹੈ। ਜੋ ਅੱਜ ਦਾ ਦਿਹਾੜਾ ਹੈ ਸਾਡੇ ਵਾਸਤੇ ਬਹੁਤ ਮਹੱਤਤਾ ਰੱਖਦਾ ਹੈ, ਖਾਸ ਹੈ ਕਿ ਅੱਜ ਮੀਰੀ ਅਤੇ ਪੀਰੀ ਦਾ ਸਿਧਾਂਤ, ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਅਜਮਜ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਅੱਜ ਸੱਚੇ ਪਾਤਸ਼ਾਹ ਨੇ ਸੰਤ ਅਤੇ ਸਿਪਾਹੀ, ਸ਼ਾਂਤੀ ਅਤੇ ਬੀਰਸ, ਭਗਤੀ ਅਤੇ ਸ਼ਕਤੀ, ਸੇਵਾ ਅਤੇ ਸਿਮਰਨ, ਇਹਦਾ ਸੁਮੇਲ ਕਰ ਦਿੱਤਾ। ਅੱਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਦਾ ਗੁਰਤਾ ਗੱਦੀ ਦਿਵਸ ਹੈ। ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਹੋਣ।
ਕਿਉਂਕਿ ਦਿਹਾੜੇ ਮਨਾਉਣ ਦਾ ਭਾਵ ਇਹ ਹੈ ਕਿ ਆਪਾਂ ਉਹਨਾਂ ਦੇ ਦੱਸੇ ਉਪਦੇਸ਼ ਉਹ ਗੁਣ ਧਾਰਨ ਕਰੀਏ ਤਾਂ ਕਿ ਸਾਡੇ ਦਿਹਾੜੇ ਮਨਾਏ ਸਫਲੇ ਹੋਣ, ਜੋ ਸਾਨੂੰ ਮੀਰੀ ਅਤੇ ਪੀਰੀ ਦਾ ਸਿਧਾਂਤ ਦਿੱਤਾ ਸੱਚੇ ਪਾਤਸ਼ਾਹ ਨੇ। ਵੈਸੇ ਗੁਰੂ ਨਾਨਕ ਦੇ ਘਰ ਦੇ ਵਿੱਚ ਪਹਿਲੇ ਜਾਮੇ ਤੋਂ ਸਿੱਖ ਦੀ ਘਾੜਤ ਘੜਨੀ ਸ਼ੁਰੂ ਕੀਤੀ ਹੈ ਮਹਾਰਾਜ ਨੇ। 10 ਜਾਮੇ 239 ਸਾਲ ਸਾਡਾ ਸਰੀਰ ਬਣਾਉਣ ਵੇਲੇ ਕਾਰ ਪੁਰਖ ਨੇ 10 ਮਹੀਨੇ 10 ਮਾਸ ਮਾਤਾ ਉਧਰ ਰੱਖੇ ਲੱਗਣ ਦੇ ਤਨਾ ਸੇਕ, ਜਿੱਥੇ ਵੀ ਜ਼ਿਕਰ ਕੀਤਾ 10 ਮਹੀਨਿਆਂ ਦਾ ਹੀ ਕੀਤਾ ਮਹਾਰਾਜ ਨੇ। ਕਹਾਂ ਫਿਰ ਤੋਂ ਭਈਆ ਫੁੱਲਿਆ ਫੁੱਲਿਆ, ਜਬ 10 ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ। ਸੱਚੇ ਪਾਤਸ਼ਾਹ ਬਾਣੀ 'ਚ ਆਪਾਂ ਨੂੰ ਉਪਦੇਸ਼ ਕਰਦੇ ਆ, ਰਮਈਆ ਕੇ ਗੁਣ ਚੇਤ ਪੁਰਾਨੀ, ਕਮਨ ਮੂਲ ਅਤੇ ਕਮਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨਹ ਉਬਾਰਿਆ। ਉਸ ਰਮਈਆ ਦੇ ਜੋ ਰਮਿਆ ਹੋਇਆ ਪਰਮਾਤਮਾ ਸਭ ਥਾਂ 'ਤੇ, ਉਹਦੇ ਗੁਣ ਚੇਤੇ ਕਰ। ਤੇਰੀ ਮਾਤਾ ਦੇ ਉਦਰ ਵਿੱਚ ਪਰਮਾਤਮਾ ਨੇ ਪੈਦਾਇਸ਼ ਕਿਵੇਂ ਕੀਤੀ, ਤੇਰਾ ਪਹਿਲਾਂ ਪਿੰਜਰ ਸਾਜਿਆ ਫਿਰ ਸਵਾਰਿਆ ਫਿਰ ਸ਼ਿੰਗਾਰਿਆ, ਬਾਅਦ ਵਿੱਚ ਇਹ ਸਾਡਾ ਜਨਮ ਹੋਇਆ। ਇਸੇ ਤਰ੍ਹਾਂ ਅਵਚਲ ਨੀਮ ਧਰੀ ਗੁਰੂ ਨਾਨਕ, ਸਿੱਖੀ ਦੀ ਨੀਂਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰੱਖੀ ਹੈ। ਦਿਨ ਦਿਨ ਚੜ੍ਹੈ ਸਵਾਈ, ਪਰੇ ਨੂੰ ਸਾਜ ਕੇ ਸਵਾਰ ਕੇ ਅਤੇ ਸ਼ਿੰਗਾਰ ਕੇ 10 ਜਾਮੇ ਲੱਗੇ, 239 ਸਾਲ। ਸਾਰੇ ਗੁਣ ਜਿਹਨੂੰ ਖਾਲਸ ਆਖਿਆ, 100% ਖਾਲਸ ਹੋ ਚੁੱਕਾ, ਫਿਰ ਖਾਲਸ ਆਖਿਆ ਮਹਾਰਾਜ। 10 ਜਾਮੇ ਲੱਗੇ। ਜਿਹੜੇ ਲੋਕ ਵਹਿਮਾਂ ਭਰਮਾਂ ਕਰਮਾਂ ਕਾਂਡਾਂ ਵਿੱਚ ਪਏ ਸੀ, ਪਖੰਡ ਵਿੱਚ ਪਏ ਸੀ, ਉਹਨਾਂ ਨੂੰ ਗੁਰੂ ਬਾਬਾ ਜੀ ਨੇ ਥਾਂ ਥਾਂ 'ਤੇ ਵਿਚਰ ਕੇ ਭੁੱਲੇ ਮਾਰਗ ਜਿਨ੍ਹਾਂ ਬਿਤਾਇਆ, ਐਸਾ ਗੁਰਵਡ ਭਾਗੀ ਪਾਇਆ। ਭੁੱਲੇ ਸਿੱਖ ਗੁਰੂ ਸਮਝਾਏ, ਉੱਜੜ ਜਾਂਦੇ ਮਾਰਗ ਪਾਏ। ਚਾਰ ਉਦਾਸੀਆਂ ਕਰਕੇ ਸਿੱਧੇ ਰਸਤੇ ਪਾਇਆ। ਜਿੱਥੇ ਵੀ ਗਏ ਮਹਾਰਾਜ, ਧਰਮਸ਼ਾਲਾ ਬਣਾਓ, 2 ਟਾਈਮ ਸੰਗਤ ਕਰਿਆ ਕਰੋ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਤ ਸੰਗਤ ਬਣਾਈ ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸੰਗਤ ਨੂੰ ਖਾਲਸੇ ਦਾ ਰੂਪ ਦਿੱਤਾ। ਗੁਰ ਸੰਗਤ ਕੀਨੀ ਖਾਲਸਾ। ਕਲਗੀਧਰ ਪਾਤਸ਼ਾਹ ਨੇ ਕੋਈ ਲਹਿਦਾ ਰਸਤਾ ਨਹੀਂ ਬਣਾਇਆ, ਉਹਨਾਂ ਦਾ ਮਾਰਗ ਕੋਈ ਲਹਿਦਾ ਨਹੀਂ ਹੈ, ਸੰਗਤ ਨੂੰ ਹੀ ਖਾਲਸੇ ਦਾ ਰੂਪ ਦੇ ਦਿੱਤਾ ਸੱਚੇ ਪਾਤਸ਼ਾਹ ਨੇ।
ਅਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸਾਡੇ ਭਲੇ ਵਾਸਤੇ ਕੌਮ ਦੀ ਵੱਖਰੀ ਭਾਸ਼ਾ ਗੁਰਮੁਖੀ ਅੱਖਰ ਬਣਾਏ, 35 ਅੱਖਰ। ਸਾਹਿਬ ਜੀ ਜਿਹੜਾ ਰੋਜ਼ 35 ਅੱਖਰ ਪੜ੍ਹਦੇ ਆ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਬਚਨ ਨੇ, ਉਹ ਦੁਨਿਆਵੀ ਅੱਖਰ ਨਹੀਂ ਹੈਗੇ। ਉਹ ਜਿਹੜਾ ਰੋਜ਼ 35 ਅੱਖਰ ਪੜ੍ਹਦੇ ਆ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਬਚਨ ਪੜ੍ਹਦਾ, ਸੰਪੂਰਨ ਭਾਸ਼ਾ ਦੁਨੀਆ ਵਿੱਚ ਅਤੇ ਦੁਨੀਆ ਦੇ ਵਿੱਚ 7ਵੇਂ ਨੰਬਰ 'ਤੇ ਭਾਸ਼ਾ ਹੈ ਗੁਰਮੁਖੀ ਹੈ ਜਿਹੜੀ। ਅਸੀਂ ਤਾਂ ਵੈਸੇ ਜਾਣ ਕੇ ਇੰਗਲਿਸ਼ ਬੋਲਦੇ ਹਾਂ, ਵੀ ਪੜ੍ਹਿਆ ਲਿਖਿਆ ਲੱਗੇ ਵੀ ਬੜਾ ਪੜ੍ਹਿਆ ਹੋਇਆ। ਪੜ੍ਹਨਾ ਚੰਗੀ ਗੱਲ ਹੈ, ਜਿਹੜੀ ਕੌਮ ਖਤਮ ਕਰਨੀ ਹੋਵੇ ਉਹਨਾਂ ਦੀ ਭਾਸ਼ਾ ਪਹਿਲਾਂ ਖਤਮ ਕਰਨੀ ਪੈਂਦੀ ਹੈ। ਜਿਹਦੀ ਭਾਸ਼ਾ ਖਤਮ ਹੋ ਜਾਏ, ਕੌਮ ਦੁਨੀਆ ਤੋਂ ਆਪਣੇ ਆਪ ਹੀ ਖਤਮ ਹੋ ਜਾਂਦੀ। ਇਸ ਕਰਕੇ ਜ਼ਿਆਦਾ ਨੌਜਵਾਨ ਵੀਰ ਬੈਠੇ ਹੋ, ਜਿੱਥੇ ਲੋੜ ਹੈ ਉੱਥੇ ਬੋਲਣੀ, ਨਹੀਂ ਤਾਂ ਪੰਜਾਬੀ 'ਚ ਗੱਲ ਕਰਿਆ ਕਰ। ਜਿਹੜਾ ਰੋਜ਼ ਆਪਣੇ ਘਰ 35 ਅੱਖਰ ਲਿਖ ਕੇ ਲਾਏ ਹੋਏ ਅਤੇ ਪੜ੍ਹਦਾ, ਅਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਬਚਨ ਨੇ, ਬੱਚਿਆਂ ਨੂੰ ਵੀ ਪੜ੍ਹਾਉਣੇ। ਵੈਸੇ ਇੱਥੇ ਤਾਂ ਬਹੁਤ ਪ੍ਰਬੰਧਕ ਉੱਦਮ ਕਰਦੇ ਨੇ, ਕਲਾਸਾਂ ਲਾਉਂਦੇ ਨੇ ਗੁਰਮੁਖੀ ਦੀਆਂ, ਪੰਜਾਬੀ ਦੀਆਂ ਬੱਚਿਆਂ ਨੂੰ। ਹੁਣ ਛੁੱਟੀਆਂ ਹੋਣਗੀਆਂ, ਉਹਨਾਂ ਨੂੰ ਸਕੂਲਾਂ ਗੁਰੂ ਘਰਾਂ 'ਚ ਕਲਾਸਾਂ ਲੱਗਣਗੀਆਂ। ਬੜਾ ਉੱਦਮ ਯਤਨਸ਼ੀਲ ਰਹਿੰਦੇ ਆ। ਤੁਸੀਂ ਇੱਥੇ ਬੱਚਿਆਂ ਨੂੰ ਕੁੱਟ ਕੁੱਟ ਕੇ ਪੰਜਾਬੀ ਪੜ੍ਹਾਉਂਦੇ ਹੋ, ਉੱਥੇ ਆਪਣੇ ਵਾਲੇ ਕੁੱਟ ਕੁੱਟ ਕੇ ਅੰਗਰੇਜ਼ੀ ਪੜ੍ਹਾਉਂਦੇ ਆ। ਭਾਵੇਂ ਸਾਰੀਆਂ ਭਾਸ਼ਾ ਗੁਰਮੁਖਾਂ ਨੇ ਪੜ੍ਹਨੀਆਂ, ਗੁਰਸਿੱਖ ਨੇ, ਪਰ ਆਪਣੀ ਭਾਸ਼ਾ ਨਾਲ ਜੁੜੇ ਰਹਿਣਾ। ਫਿਰ ਸਾਡੇ ਇਤਿਹਾਸ ਨਾਲ ਅਖਾੜਾ ਜੋੜਿਆ ਗੁਰੂ ਅੰਗਦ ਦੇਵ ਜੀ ਮਹਾਰਾਜ। ਸਿੱਖ ਨੇ ਸਰੀਰ ਕਰਕੇ ਵੀ ਬਲਵਾਨ ਹੋਣਾ, ਜਿਹਦਾ ਸਰੀਰ ਬਲਵਾਨ ਆ ਉਹ ਸਾਧਨਾ ਵੀ ਕਰ ਸਕਦਾ, ਜਪ ਤਪ ਵੀ ਕਰ ਸਕਦਾ, ਜੰਗ ਯੁੱਧ ਵੀ ਕਰ ਸਕਦਾ, ਘਾਲਣਾ ਵੀ ਉਹੀ ਘਾਲ ਸਕਦਾ। ਮੱਲਾਂ ਅਖਾੜਾ ਗੁਰਦੁਆਰਾ ਸਾਹਿਬ, ਜਿੱਥੇ ਗੁਰੂ ਅੰਗਦ ਦੇਵ ਜੀ ਬੱਚਿਆਂ ਨੂੰ ਕੁਸ਼ਤੀਆਂ ਕਰਾਇਆ ਕਰਦੇ ਸੀ, ਵਰਜਿਸ਼ ਕਰਾਇਆ ਕਰਦੇ ਸੀ। ਅਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਪੰਗਤ ਅਤੇ ਸੰਗਤ ਦੀ ਮਰਿਆਦਾ ਬਣਾਈ, ਇੱਕ ਪੰਗਤ ਇੱਕ ਸੰਗਤ। ਉਹਨੂੰ ਗੁਰੂ ਦੇ ਦਰਸ਼ਨ ਹੋਣਗੇ ਜਿਹੜਾ ਪੰਗਤ ਵਿੱਚ ਬੈਠ ਕੇ ਲੰਗਰ ਛਕੇਗਾ। ਬਕਾਇਦਾ ਗੋਇੰਦਵਾਲ ਸਾਹਿਬ ਇੱਕ ਫੱਟੇ 'ਤੇ ਲਿਖ ਕੇ ਲਾ ਦਿੱਤਾ ਸੀ, ਜਿਹਨੇ ਗੁਰੂ ਦੇ ਦਰਸ਼ਨ ਕਰਨੇ ਉਹਨੂੰ ਪੰਗਤ 'ਚ ਬੈਠ ਕੇ ਪ੍ਰਸ਼ਾਦਾ ਛਕਣਾ ਪਵੇ। ਭਾਰਤ ਦੇਸ਼ ਦਾ ਚੱਕਰਵਰਤੀ ਬਾਦਸ਼ਾਹ ਅਕਬਰ ਦਰਸ਼ਨ ਕਰਨ ਵਾਸਤੇ ਆਇਆ, ਬੇਨਤੀ ਕੀਤੀ ਗੁਰੂ ਅਮਰਦਾਸ ਮਹਾਰਾਜ, ਕਹਿੰਦੇ ਪੰਗ 'ਚ ਬੈਠ ਕੇ ਪਹਿਲਾਂ ਪ੍ਰਸ਼ਾਦ ਛਕੇ। ਕਹਿੰਦਾ ਮੈਂ ਭਾਰਤ ਦਾ ਚੱਕਰਵਰਤੀ ਬਾਦਸ਼ਾਹ ਅਤੇ ਜਿੱਥੇ ਮਜ਼ਦੂਰ ਗਰੀਬ ਪ੍ਰਸ਼ਾਦ ਛਕ ਰਹੇ ਨੇ ਬੈਠ ਕੇ, ਉੱਥੇ ਬੈਠ ਕੇ ਛਕਾਂ। ਅਤੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਤੈਨੂੰ ਬੁਲਾਇਆ ਕਿੰਨੇ ਇੱਥੇ, ਸਾਡਾ ਕੰਮ ਵੀ ਕੀ ਖੜਾ ਤੇਰੇ ਤੋਂ ਬਗੈਰ, ਜਿੱਧਰੋਂ ਆਏ ਜਾ। ਪੰਗ 'ਚ ਬੈਠ ਗਿਆ, ਉਦੋਂ ਪੱਤਲਾਂ 'ਤੇ ਲੰਗਰ ਵਰਤਦਾ ਸੀ ਸਾਧ ਸਿੰਘ। ਪੱਤਲਾਂ ਰੱਖੀਆਂ ਗਈਆਂ, ਗੁਰਸਿੱਖਾਂ ਨੇ ਦਾਲ ਸਬਜ਼ੀ ਵਾਲੇ ਦਾਲ ਸਬਜ਼ੀ ਪਾ ਦਿੱਤੀ, ਪ੍ਰਸ਼ਾਦੇ ਵਾਲੇ ਨੇ ਪ੍ਰਸ਼ਾਦਾ,
ਪ੍ਰਸ਼ਾਦਾ ਦੋ ਹੱਥਾਂ ਤੇ ਸਤਿਕਾਰ ਨਾਲ। ਸੋ ਸਾਧ ਸਿੰਘ ਜੀ ਜਦੋਂ ਜਵਾਨ ਤੇ ਗੁਰੂ ਦਾ ਲੰਗਰ ਰੱਖਿਆ, ਅਕਬਰ ਬਾਦਸ਼ਾਹ ਕਹਿੰਦਾ ਸੋਨੇ ਦੇ ਥਾਲਾਂ ਵਿੱਚ ਪਕਵਾਨ ਬੜੇ ਖਾਧੇ ਮਹਿੰਗੇ ਮਹਿੰਗੇ, ਪਰ ਜਿਹੜਾ ਅੱਜ ਆਨੰਦ ਆਇਆ ਸਾਰੀ ਜ਼ਿੰਦਗੀ ਆਇਆ ਨਹੀਂ। ਸੰਗਤ ਸਿਆਣੇ ਬੈਠੇ ਹੋ, ਗੁਰਮੁਖ ਬੈਠੇ ਹੋ, ਸੂਝਵਾਨ ਪੜ੍ਹੇ ਲਿਖੇ ਹੋ, ਸਾਰੀ ਦੁਨੀਆ ਆਨੰਦ ਲੱਭਦੀ ਫਿਰਦੀ ਹੈ। ਕੋਈ ਖਾਣ ਵਿੱਚ ਆਨੰਦ ਲੱਭਦਾ, ਕੋਈ ਨੱਚਣ ਵਿੱਚ ਆਨੰਦ ਲੱਭਦਾ, ਕੋਈ। ਗੁਰੂ ਮਹਾਰਾਜ ਕਹਿੰਦੇ, ਗੁਰੂ ਮਹਾਰਾਜ ਨੂੰ ਪੁੱਛ ਆਨੰਦ ਕਿੱਥੇ? ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣ। ਉਹ ਬੂੰਦ ਹੈ, ਜਿੰਨਾ ਚਿਰ ਖਾਏਗਾ ਉਨਾ ਚਿਰ ਆਨੰਦ ਹੈ, ਮਗਰੋਂ ਬੇਆਨੰਦੀ ਹੈ। ਕੋਈ ਦੁਨੀਆ ਦਾ ਰਾਜ ਨਾਸ ਦੇਖ ਰਿਹਾ ਜਿੰਨਾ ਚਿਰ, ਉਨਾ ਚਿਰ ਤੇਰਾ ਮਨ ਦਾ ਪਰਚਾ ਹੈ, ਉਦੋਂ ਬਾਅਦ ਫਿਰ ਬੇਰਸੀ ਹੈ। ਸਦਾ ਆਨੰਦ ਤਾਂ ਗੁਰੂ ਦੇ ਸ਼ਬਦ ਵਿੱਚ ਹੈ, ਸਿਮਰਨ ਵਿੱਚ ਹੈ, ਬਾਣੀ ਵਿੱਚ। ਪਰ ਸਾਰੀ ਦੁਨੀਆ ਆਨੰਦ ਚਾਹੁੰਦੀ ਹੈ, ਰੁਕਾਵਟ ਕੀ ਹੈ ਆਨੰਦ ਵਿੱਚ? ਕਿਹੜੀ ਗੱਲ ਹੈ ਜਿਹੜੀ ਆਪਾਂ ਨੂੰ ਆਨੰਦ ਨਹੀਂ ਆਉਣ ਦਿੰਦੀ? ਸਾਧ ਸਿੰਘ ਜੀ, ਜਿਹੜਾ ਹੰਕਾਰ ਹੈ, ਜਿਹਨੂੰ ਹਉਮੈ ਕਹਿੰਦੇ ਨੇ, ਹੰਕਾਰ ਕਹਿੰਦੇ ਨੇ, ਹੰਗਤਾ ਕਹਿੰਦੇ ਨੇ, ਇਹ ਵਿੱਚ ਕੰਧ ਬਣ ਕੇ ਖੜਾ। ਹਾਂ ਹਾਂ ਭੀਤ ਪਈ ਹੈ ਵਿੱਚੋਂ, ਕੰਧ ਬਣਿਆ ਹੋਇਆ। ਅਤੇ ਪਹਿਲਾਂ ਸਾਡੇ ਬਜ਼ੁਰਗ ਮਿੱਟੀ ਦੀਆਂ ਕੰਧਾਂ ਬਣਾਉਂਦੇ ਸੀ ਅਤੇ ਸਾਲ ਮਗਰੋਂ ਲਿਪਣਾ ਪੈਂਦਾ ਸੀ ਕੰਧਾਂ ਨੂੰ, ਅੱਜ ਕੱਲ੍ਹ ਹੀ ਲਿਪਦੇ ਸੀ ਅਤੇ ਇੱਕ ਇੰਚ ਮੋਟੀ ਕੰਧ ਹੋ ਜਾਂਦੀ ਸੀ ਹਰ ਇੱਕ ਸਾਲ। ਅਤੇ ਸਾਡੀ ਹਉਮੈ ਨੂੰ ਵੀ ਲੇਪ ਲੱਗ ਰਿਹਾ, ਜਿੱਥੇ ਸਾਡੀ ਹਉਮੈ ਘੱਟਦੀ ਹੈ ਅਸੀਂ ਗੁਰਦੁਆਰਾ ਛੱਡ ਜਾਂਦੇ ਹਾਂ, ਦੂਜੇ ਗੁਰਦੁਆਰੇ ਜਾ ਆਵਾਂਗੇ। ਜਿੱਥੇ ਸਾਡੀ ਹੰਕਾਰ ਘੱਟਦਾ ਹੋਵੇ ਨਾ, ਅਸੀਂ ਗੁਰਦੁਆਰਾ ਬਦਲ ਲੈਂਦੇ ਹਾਂ। ਆਏ ਤਾਂ ਇਲਾਜ ਕਰਾਉਣ ਵਾਸਤੇ ਸੀ, ਬਿਮਾਰੀ ਸਗੋਂ ਰਿਐਕਸ਼ਨ ਕਰ ਜਾਂਦੀ ਦਵਾਈ। ਭਾਵੇਂ ਕਿਸੇ ਚੀਜ਼ ਦਾ ਵੀ ਹੰਕਾਰ ਹੈ, ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਜੇ ਤੂੰ ਚੰਗੇ ਕਰਮ ਕਰਕੇ ਵੀ ਹੰਕਾਰ ਕਰੇਗਾ, ਤੀਰਥ ਬਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇਹੇ ਜਿਉਂ ਕੁੰਚਰੀ ਇਸ਼ਨਾਨ। ਬਸ ਇਸ ਤਰ੍ਹਾਂ ਸਮਝੀ, ਮੈਂ ਹਾਥੀ ਨੂੰ ਨਵਾ ਕੇ ਬਾਹਰ ਕੱਢੀ ਅਤੇ ਸੁੰਡਣਾ ਉੱਤੇ ਮਿੱਟੀ ਫੇਰ ਸੁੱਟ ਲੈਂਦਾ। ਅਤੇ ਜੇ ਤੂੰ ਤਪ ਸਾਧਨਾ ਕਰਕੇ ਮਨ 'ਚ ਹੰਕਾਰ ਕਰੇ ਵੀ ਮੇਰੇ ਵਰਗਾ ਤਪੱਸਵੀ ਕੋਈ ਨਹੀਂ, ਤਾਂ ਤੈਨੂੰ ਜੰਮਣ ਮਰਨ ਦੇ ਚੱਕਰ ਤੋਂ ਕੋਈ ਨਹੀਂ ਬਚਾ ਸਕਦਾ। ਅਨਕ ਤਪੱਸਿਆ ਕਰੇ ਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਜਾਂ ਇਉਂ ਕਹਿ ਲਈਏ ਕਿ ਬੁਖਾਰ ਹਟਾਉਣ ਵਾਸਤੇ ਦਵਾਈ ਖਾਧੀ ਹੈ, ਪਰ ਦਵਾਈ ਰਿਐਕਸ਼ਨ ਕਰ ਗਈ, ਇੱਕ ਹੋਰ ਬਿਮਾਰੀ ਬਣ ਗਈ। ਆਪਾਂ ਜਿੰਨੇ ਵੀ ਸ਼ੁਭ ਕਰਮ ਕਰਦੇ ਹਾਂ, ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ, ਜਪ ਤਪ ਕਰਦੇ ਹਾਂ, ਦਾਨ ਪੁੰਨ ਕਰਦੇ ਹਾਂ, ਇਹ ਸਾਰੇ ਹੰਕਾਰ ਦੂਰ ਕਰਨ ਵਾਸਤੇ ਕਰ। ਅਤੇ ਜੇ ਸੇਵਾ ਸਿਮਰਨ ਕਰਕੇ ਹੰਕਾਰ ਕਰ ਹੋ ਗਿਆ ਨਾ, ਵੀ ਜੇ ਮੈਂ ਇੱਥੇ ਨਾ ਸੇਵਾ ਕਰਾਂ ਤਾਂ ਕਿਹਨੇ ਕਰਨੀ ਹੈ, ਇਹ ਤਾਂ ਮੇਰੇ ਕਰਕੇ ਹੋ ਰਹੀ, ਤਾਂ ਫਿਰ ਸਮਝੀ ਤੈਨੂੰ ਸੇਵਾ ਸਿਮਰਨ ਲਾਭ ਦੀ ਥਾਂ 'ਤੇ ਰੱਬ ਤੋਂ ਦੂਰ ਲੈ ਗਈ ਹੋਰ।
ਅਤੇ ਸਾਹਿਬ ਕਹਿੰਦੇ ਨੇ ਜਿੰਨੇ ਤੂੰ ਦਿਖਾਵੇ ਦੇ ਕਰਮ ਕਰੇਗਾ ਦੂਜਿਆਂ ਨੂੰ ਦਿਖਾਉਣ ਵਾਸਤੇ, ਤੇਰੇ ਅੰਦਰ ਹੰਗਤਾ ਹੋਰ ਵਧੇਗੀ। ਕਰਮ ਕਰਤ ਵਧੇ ਅਹੁਮੇਵ, ਹੰਗਤਾ ਹੋਰ ਵੱਧਦੀ ਹੈ। ਧਰਮ ਦਿਖਾਉਣ ਵਾਸਤੇ ਨਹੀਂ, ਕਮਾਉਣ ਵਾਸਤੇ ਹੁੰਦਾ ਸਾਧ ਸੰਗਤ। ਇਹ ਜੀਵ ਅਤੇ ਬ੍ਰਹਮ ਦੇ ਵਿਚਾਲੇ ਇੱਕ ਕੰਧ ਬਣ ਕੇ ਖੜੀ ਹੈ ਹਉਮੈ ਦੀ, ਅਤੇ ਸਥੂਲ ਵੀ ਕੰਧ ਵਰਗੀ ਹੈ ਅਤੇ ਸੂਖਮ ਭੰਭੀਰੀ ਦੇ ਖੰਭ ਵਰਗੀ ਹੈ। ਭਾਂਬੀਰੀ ਕੇ ਪਾਤ ਪਾਰ ਦਿਉ ਬਿਨ ਪੇਖੇ ਦੁਰਾਇਓ। ਭੰਭੀਰੀ ਦੇ ਖੰਭ ਕਿੰਨਾ ਪਤਲਾ ਹੁੰਦਾ, ਸੂਖਮ ਜਿਹਾ, ਸੂਖਮ ਵੀ ਇੰਨੀ ਵੀ ਹੈ। ਜਿਹੜਾ ਆਨੰਦ ਦੇ ਵਿੱਚ ਰੁਕਾਵਟ ਜੇ ਨਹੀਂ ਨਾ ਆ ਰਿਹਾ, ਜੇ ਬਾਣੀ ਪੜ੍ਹਦਿਆਂ ਆਨੰਦ ਸਿਮਰਨ ਕਰਦਿਆਂ ਆਨੰਦ ਨਹੀਂ ਆ ਰਿਹਾ, ਤਾਂ ਮਨ 'ਚ ਵਿਚਾਰ ਕਰਨਾ ਮੇਰੇ ਮਨ 'ਚ ਹੰਕਾਰ ਕਿਸ ਗੱਲ ਦਾ, ਉਹ ਛੱਡਣਾ ਪੈਣਾ। ਜਿੰਨਾ ਚਿਰ ਮਨ 'ਚ ਹੰਕਾਰ ਰਹੇਗਾ ਉਨਾ ਚਿਰ ਨਾਮ ਗਲ ਤੱਕ ਰਹੇਗਾ, ਤੋਤੇ ਦੀ ਰਟਨ ਹਿਰਦੇ 'ਚ ਨਹੀਂ ਵਸੇਗਾ ਨਾਮ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕੱਠਾਏ। ਦੋ ਇਕੱਠੇ ਹਿਰਦੇ 'ਚ ਨਹੀਂ, ਨਾਮ ਨਹੀਂ ਵੱਸ ਸਕਦੇ। ਇਹ ਛੱਡਣਾ ਪਏਗਾ ਅਤੇ ਫਿਰ ਤੈਨੂੰ ਆਨੰਦ ਦੀ ਪ੍ਰਾਪਤੀ ਹੋ ਜਾਏਗੀ। ਸਤਿ ਸਿੰਘ ਜੀ, ਜਦੋਂ ਅਕਬਰ ਬੈਠਿਆ ਪੰਗਤ ਵਿੱਚ, ਹੰਕਾਰ ਛੱਡਿਆ ਬਾਦਸ਼ਾਹੀ ਦਾ, ਗੁਰੂ ਕਾ ਪ੍ਰਸ਼ਾਦ ਆਪਣੀ ਜ਼ਬਾਨ 'ਤੇ ਰੱਖਿਆ, ਹੰਕਾਰ ਪਰੇ ਹੋਇਆ ਅਤੇ ਆਨੰਦ ਆਇਆ, ਉਹਨਾਂ ਚਿਰ ਨਹੀਂ ਆਏਗਾ ਸਾਧ ਸਿੰਘ। ਇਹ ਤਾਂ ਬੇਨਤੀ ਕੀਤੀ ਹੈ ਕਿ ਐਡਾ ਅਮੀਰ ਭਾਰਤ ਦੇਸ਼ ਦਾ ਬਾਦਸ਼ਾਹ, ਉਹਨੂੰ ਵੀ ਪੰਗ 'ਚ ਬੈਠਣਾ ਅਸੂਲ ਸਾਰਿਆਂ ਵਾਸਤੇ ਹੈ, ਮਰਿਆਦਾ ਸਾਰਿਆਂ ਵਾਸਤੇ, ਸਾਰਿਆਂ 'ਤੇ ਲਾਗੂ। ਅਤੇ ਦੂਜੀ ਬੇਨਤੀ ਹੈ, ਜੋ ਬਚਨ ਸਾਨੂੰ ਗੁਰੂ ਮਹਾਰਾਜ ਨੇ ਕੀਤਾ ਬਾਣੀ 'ਚ ਕੀਤਾ ਭਾਵੇਂ ਇਤਿਹਾਸ ਵਿੱਚ, ਉਹਨੂੰ ਆਪਣੀ ਜ਼ਿੰਦਗੀ 'ਚ ਪ੍ਰੈਕਟੀਕਲ ਕੀਤਾ। ਪਹਿਲਾਂ ਉਹਨਾਂ ਨੇ ਪਹਿਲਾਂ ਆਪ ਕਮਾਇਆ ਫਿਰ ਉਪਦੇਸ਼ ਦਿੱਤਾ। ਇਸੇ ਕਰਕੇ ਜਿੰਨਾ ਚਿਰ ਸੰਸਾਰ ਹੈਗਾ ਉਹਨਾਂ ਦਾ ਬਚਨ ਸਾਡੇ ਜੀਵਨ 'ਤੇ ਅਸਰ ਕਰੇਗਾ, ਕਰਦਾ ਰਹੇਗਾ। ਉਹਨਾਂ ਨੇ ਆਪ ਕਮਾ ਕੇ ਸਾਨੂੰ ਉਪਦੇਸ਼ ਦਿੱਤੇ। ਕੋਈ ਵੀ ਬਚਨ ਆਖਿਆ, ਬਾਣੀ 'ਚ ਆਖਿਆ ਭਾਵੇਂ ਇਤਿਹਾਸ ਵਿੱਚ ਬਚਨ ਆਉਂਦਾ, ਉਹ ਆਪਣੀ ਜ਼ਿੰਦਗੀ 'ਚ ਪ੍ਰੈਕਟੀਕਲ ਕੀਤਾ ਪਹਿਲਾਂ ਉਹਨਾਂ ਨੇ, 10 ਪਾਤਸ਼ਾਹੀਆਂ ਨੇ, ਅਤੇ ਫਿਰ ਸਾਨੂੰ ਕੀਤਾ ਅੱਗੇ ਉਪਦੇਸ਼। ਅੱਜ ਕੀ ਹਾਲਤ ਹੈ ਸਾਡੀ? ਅਵਰ ਉਪਦੇਸ਼ ਹੈ ਆਪ ਨਾ ਕਰੈ। ਉਹ ਗੱਲਾਂ ਸਾਡੇ 'ਤੇ ਲਾਗੂ ਨਹੀਂ ਹੁੰਦੀਆਂ ਜਿਹੜੀਆਂ ਅਸੀਂ ਅੱਗੇ ਕਹਿ ਰਹੇ ਹਾਂ ਸਟੇਜ ਦੇ ਉੱਤੇ। ਗੁਰੂ ਨਾਨਕ ਦੇ ਘਰ ਦੇ ਵਿੱਚ ਕਰਨੀ ਪ੍ਰਧਾਨ ਹੈ, ਜੈ ਕਰਨੀ ਤੈ ਪੂਰੀ ਮਤ, ਕਰਨੀ ਬਾਜੋਂ ਕੱਟੇ ਘੱਟ। ਅਤੇ ਸਾਹਿਬ ਇਹ ਵੀ ਬਚਨ ਕਰਦੇ ਆ ਬਾਣੀ ਵਿੱਚ ਵੀ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਵਸਿਆ, ਕਮਾਈ ਹੈ ਜਿਨ੍ਹਾਂ ਦੀ, ਜਦੋਂ ਬਚਨ ਕਰਦੇ ਨੇ ਤਾਂ ਹਿਰਦੇ ਵਿੱਚ ਉਹ ਬਚਨ ਉੱਤਰ ਜਾਂਦਾ ਹੈ। ਜਿਸ ਕੈ ਅੰਤਰ ਵਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਉਹ ਜਦ ਬਚਨ ਕਹਿਣਗੇ ਤਾਂ ਹਿਰਦੇ 'ਚ ਉੱਤਰ ਜਾਏਗਾ ਉਹ ਬਚਨ। ਇਸ ਕਰਕੇ ਪੰਗਤ ਅਤੇ ਸੰਗਤ ਦੀ ਮਰਿਆਦਾ ਬਣਾਈ,
ਗੁਰੂ ਨਾਨਕ ਦੇ ਘਰ ਦੇ ਵਿੱਚ ਸਾਰਿਆਂ ਨੂੰ ਇੱਕ ਥਾਂ 'ਤੇ ਇਸ਼ਨਾਨ ਕਰਨ ਵਾਸਤੇ ਬੌਲੀ ਸਾਹਿਬ ਦੀ ਸੇਵਾ, ਸਤੀ ਵਰਗੀਆਂ ਕੁਰੀਤੀਆਂ ਸਾਡੇ ਦੇਸ਼ 'ਚੋਂ ਦੂਰ ਕੀਤੀਆਂ ਅਤੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਆਪ ਗਵਾ ਕੇ ਸੇਵਾ ਕੀਤੀ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ, ਆਪਾ ਆਪ ਗਵਾ ਕੇ। ਕਦੀ ਜਵਾਈ ਸਹੁਰਿਆਂ ਦੇ ਘਰ ਟੋਕਰਾ ਨਹੀਂ ਢੋਂਦੇ ਹੁੰਦੇ ਸਾਧ ਸਿੰਘ ਜੀ, ਕਦੀ ਸੁਣਿਆ ਤੁਸੀਂ ਕਦੀ ਜਵਾਈ ਟੋਕਰੇ ਢੋਂਦੇ ਹੁੰਦੇ ਸਹੁਰਿਆਂ ਦੇ ਘਰ? ਅਸੀਂ ਧੀਆਂ ਭੈਣਾਂ ਵਾਲੇ ਬੈਠੇ ਹਾਂ, ਆਪਾਂ ਧੀਆਂ ਦੇ ਰਿਸ਼ਤੇ ਕਰਦੇ ਹਾਂ, ਕਈ ਵਾਰੀ ਆਪਾਂ ਗੱਲ ਕਰਦੇ ਕਰਦੇ ਹਰ ਗੱਲ ਗੁਰੂ ਮਹਾਰਾਜ ਦੇ ਨਾਲ ਮਿਲਾ ਦਿੰਦੇ ਹਾਂ। ਗੁਰੂ ਵੀ ਤਾਂ ਗ੍ਰਿਸ਼ਤੀ ਹੋਏ ਨੇ ਜੀ, ਗੁਰੂ ਵੀ ਤਾਂ ਗ੍ਰਿਸ਼ਤੀ ਹੋਏ ਨੇ, ਭਗਤ ਵੀ ਗ੍ਰਿਸ਼ਤੀ ਹੋਏ। ਕਿਹੜੀ ਗੱਲ ਅਸੀਂ ਗੁਰੂਆਂ ਲਈ ਆਪਣੇ ਜੀਵਨ 'ਚ ਕਰਦੇ ਹਾਂ? ਹੁਣ ਗੁਰੂ ਅਮਰਦਾਸ ਮਹਾਰਾਜ ਦੀ ਸਪੁੱਤਰੀ ਬੀਬੀ ਭਾਨੀ ਜਵਾਨ ਹੈ, ਦਾਨੀ ਵਿਆਹੀ ਹੈ ਅਤੇ ਭਾਨੀ ਜਵਾਨ ਹੈ, ਅਤੇ ਮਾਤਾ ਮਨਸਾ ਦੇਵੀ ਕਹਿੰਦੀ ਤੁਹਾਡੀ ਧੀ ਜਵਾਨ ਹੈ, ਕਿਤੇ ਯੋਗ ਵਰ ਦੇਖ ਕੇ ਮੰਗਦੇ ਹੋ, ਕਿਹੋ ਜਿਹਾ ਵਰ ਹੋਵੇ? ਉਹ ਸਾਹਮਣੇ ਜਿਹੜੇ ਘੁੰਗਣੀ ਛਾਬੜੀਆਂ ਵੇ ਛਾਬੜੀ 'ਚ ਘੁੰਗਣੀਆਂ ਵੇਚ ਰਿਹਾ, 2 ਸਾਲ ਦੇ ਸੀ ਮਾਤਾ ਚੜ੍ਹਾਈ ਕਰ ਗਏ, 7 ਸਾਲ ਦੇ ਹੋਏ ਪਿਤਾ ਚੜ੍ਹਾਈ ਕਰ ਗਏ, ਨਾਨੀ ਬਸਰ ਕੇ ਲੈ ਆਈ, ਨਾ ਮਾਂ ਨਾ ਪਿਓ ਨਾ ਭੋਏ ਨਾ ਭਾਂਡਾ ਨਾ ਘਰ ਨਾ ਘਾਟ। ਕੋਈ ਸੋਚੇਗਾ ਗ੍ਰਿਸ਼ਤੀ ਕਦੇ ਧੀ ਮੰਗਣ ਲੱਗੇ? ਆਪਾਂ ਤੱਡੀਆਂ ਚੱਕ ਚੱਕ ਕੇ ਫਾਹ ਲੈਂਦੇ ਨਾ। ਤਾਂ ਸਾਧ ਸਿੰਘ ਜੀ, ਮਾਤਾ ਮਨਸਾ ਦੇਵੀ ਨਾਰਾਜ਼ ਹੋਏ, ਕਿਹਦੇ ਨਾਲ ਧੀ ਮੰਗਣ ਲੱਗਿਆ? ਨਾ ਜ਼ਮੀਨ ਜਾਇਦਾਦ ਹੈ, ਨਾ ਕੋਈ ਧਨ ਪਦਾਰਥ ਹੈ, ਮਾਂ ਪਿਓ ਸਿਰ 'ਤੇ ਨਹੀਂ। ਇਹ ਸਿੱਖਿਆ ਦਿੱਤੀ ਸੀ ਵੀ ਜਾਇਦਾਦਾਂ ਧਨ ਪਦਾਰਥ ਦੇਖ ਕੇ ਨਹੀਂ, ਗੁਣ ਦੇਖ ਕੇ ਰਿਸ਼ਤੇ ਕਰਨੇ। ਆ ਬਜ਼ੁਰਗ ਬੈਠੇ ਹੋ ਜਿਹੜੇ ਜਦ ਰਿਸ਼ਤਾ ਕਰਨ ਜਾਂਦੇ ਸੀ, ਦਾਦੇ ਦਾ ਨਾਮ ਪੁੱਛਦੇ ਸੀ, ਕਿਹੜਾ ਦਾਦਾ ਵੀ ਇਹਨਾਂ ਦਾ? ਸਰਦਾਰ ਫਲਾਣਾ ਸਿੰਘ ਹੈ, ਅੱਛਾ ਉਹਦਾ ਪੁੱਤ ਹੈ, ਫਿਰ ਥੋੜ੍ਹੇ ਜਿਹੇ ਗੁਣ ਤਾਂ ਉਹਦੇ ਜ਼ਰੂਰ ਹੋਣਗੇ, ਜੇ ਦਾਦੇ ਵਾਲੇ ਸਾਰੇ ਨਾ ਹੋਏ ਹੁੰਦੇ ਸੀ ਸਾਧ ਸਿੰਘ। ਅੱਜ ਧਨ ਦੇਖ ਕੇ ਰਿਸ਼ਤੇ ਹੁੰਦੇ ਆ, ਇਹ 3 ਚੀਜ਼ਾਂ ਕਦੇ ਸਥਿਰ ਨਹੀਂ ਰਹਿ ਸਕਦੀਆਂ। ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ 4, ਜਵਾਨੀ ਕਿਸੇ 'ਤੇ ਸਦਾ ਨਹੀਂ ਰਹਿ ਸਕਦੀ, ਕਿਸੇ ਕੋਲ ਧਨ ਸਦਾ ਨਹੀਂ ਰਹਿ ਸਕਦਾ, ਕਦੇ ਪੁਸਤ ਦਰ ਪੁਸਤ ਕੋਈ ਅਮੀਰ ਨਹੀਂ ਹੁੰਦਾ। ਜੇ ਇੱਕ ਪੁਸਤ ਅਮੀਰ ਹੁੰਦੀ ਹੈ ਤਾਂ ਦੂਜੀ ਗੁਜ਼ਾਰਾ ਕਰਕੇ ਤੀਜੀ ਫਿਰ ਘੱਟ ਜਾਏਗਾ। ਇੱਕ ਕਿਆਰੀ ਵਿੱਚ ਫੁੱਲ ਵੀ ਸਦਾ ਖਿੜੇ ਨਹੀਂ ਰਹਿੰਦੇ, ਕਦੇ ਪੱਤਝੜ ਆਉਂਦੀ ਹੈ, ਕਦੇ ਬਸੰਤ ਆਉਂਦੀ ਹੈ। ਸਾਂਝ ਕੀਜੇ ਗੁਣੇ ਕੇਰੀ, ਕੀ ਦੇਖ ਰਹੇ ਨੇ ਗੁਰੂ ਅਮਰਦਾਸ? ਗੁਣ ਇਹਨਾਂ ਕੋਲ ਧਰਮ ਹੈ, ਸਿੱਖੀ ਹੈ, ਸੇਵਾ ਹੈ, ਸਿਮਰਨ ਹੈ, ਜਪ ਹੈ, ਤਪ ਹੈ, ਜਿਹੜੇ 2 ਜਹਾਨਾਂ ਵਿੱਚ ਸੁੱਖ ਦੇ ਸਕਦੇ ਆ। ਗੁਣ ਗੁਣ ਦੇਖ ਕੇ ਰਿਸ਼ਤੇ ਹੁੰਦੇ ਸੀ ਬਜ਼ੁਰਗਾਂ ਵੇਲੇ, ਅੱਜ ਧਨ ਦੇਖ ਕੇ ਰਿਸ਼ਤੇ ਹੁੰਦੇ। ਜਦੋਂ ਧਨ ਕੱਟਦਾ ਫਿਰ ਚਲੋ ਆ ਜਾਓ, ਫਿਰ ਕੋਰਟ 'ਚ ਕਚਹਿਰੀ 'ਚ ਆ ਜਾਓ, ਘੱਟ ਗਿਆ ਨਾ ਹੁਣ। ਸਿੱਖਾਂ ਦੇ ਜਿਹਨਾਂ ਦੇ ਆਨੰਦ ਕਾਰਜ ਗੁਰੂ ਦੀ ਹਜ਼ੂਰੀ 'ਚ ਹੋਏ ਨੇ, ਡਿਵੋਰਸ ਹੋ ਰਿਹਾ,
ਜਿਹੜੇ ਸਿੱਖ ਦੇ ਪੁੱਤਰ ਨੇ, ਸਿੱਖ ਦੀ ਧੀ ਨੇ, ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਪਰਿਕਰਮਾ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਸਾਖੀ ਬਣਾਇਆ ਸੀ, ਉਹ ਕਹਿੰਦੇ ਕੋਟ ਜਾ ਜਾਓ। ਇਹ ਸੱਚੀ ਕੋਟ ਤੋਂ ਮੁਨਕਰ ਹੋ ਕੇ, ਕਿਉਂ? ਅੱਜ ਲੋਭ ਤੇ ਰਿਸ਼ਤੇ ਖੜ ਗਿਆ, ਧਨ ਤੇ ਖੜ ਗਏ। ਸਾਨੂੰ ਗੁਰੂ ਨੇ ਆਖੇ ਗੁਣ ਦੇ ਕੇ ਰਿਸ਼ਤੇ ਕਰਨੇ, ਗੁਣਾਂ ਦੇ ਆਧਾਰ ਤੇ ਰਿਸ਼ਤੇ ਕਰਨੇ। ਗੁਰੂ ਰਾਮਦਾਸ ਮਹਾਰਾਜ ਬੀਬੀ ਭਾਨੀ ਨਾਲ ਸ਼ਾਦੀ ਹੋਈ, ਹੁਣ ਜਵਾਈ ਨੇ ਅਤੇ ਟੋਕਰਾ ਢੋ ਰਹੇ ਨੇ ਪੌੜੀ ਸਾਹਿਬ ਦੇ ਵਿੱਚੋਂ, ਅਤੇ ਗੁਰੂ ਰਾਮਦਾਸ ਮਹਾਰਾਜ ਦਾ ਦਾੜਾ, ਪਵਿੱਤਰ ਦਾੜਾ ਬੜਾ ਲੰਮਾ ਹੈ, ਅਤੇ ਟੋਕਰੇ ਵਿੱਚੋਂ ਗਰਦਾ ਅਤੇ ਧੂੜ, ਪਵਿੱਤਰ ਮੁੱਖ ਅਤੇ ਦਾੜੇ 'ਤੇ ਸੋਢੀ ਮਿਲਣ ਵਾਸਤੇ ਆ ਗਏ ਚੂਨਾ ਮੰਡੀ ਲਾਹੌਰ ਤੋਂ। ਪੁੱਛਿਆ ਕਿ ਸਾਡਾ ਬਲਾਦਰੀ ਦੇ ਵਿੱਚੋਂ ਕਿ ਜੇਠਾ ਵੀ ਨਾਂ ਲੈਂਦੇ ਸੀ ਪੁਰਾਣਾ, ਜੇਠਾ ਭਾਵ ਕੇ ਪਿਆਰਾ ਵੱਡਾ। ਇੱਥੇ ਗੁਰੂ ਅਮਰਦਾਸ ਮਹਾਰਾਜ ਦੀ ਸਪੁੱਤਰੀ ਨਾਲ ਵਿਆਹੇ ਹੋਏ ਨੇ, ਅਸੀਂ ਮਿਲਣਾ ਸੀ ਉਹਨਾਂ ਨੂੰ, ਅਤੇ ਸਿੱਖ ਨੇ ਆਖਿਆ ਉਹ ਟੋਕਰਾ ਜਿਹੜਾ ਚੁੱਕੀ ਆਉਂਦੇ ਨਾ ਉਹੀ ਨੇ। ਅਤੇ ਸੋਢੀ ਕਹਿੰਦੇ ਜੇਠਿਆ ਟੋਕਰੀ ਢੋਣੀ ਸੀ ਤਾਂ ਲਾਹੌਰ ਹੀ ਢੋਈ ਜਾਂਦਾ, ਉੱਥੇ ਮਜ਼ਦੂਰੀ ਕਰਨੀ ਸੀ, ਇੱਥੇ ਵੀ ਟੋਕਰੀ ਢੋ ਕੇ ਗੁਜ਼ਾਰਾ ਕਰ ਰਿਹਾ, ਸਾਡਾ ਸੋਢੀਆਂ ਦਾ ਨੱਕ ਵੱਢ ਛੱਡਿਆ, ਸਾਨੂੰ ਖਿਡਾਉਣ ਜੋਗਾ ਨਹੀਂ ਛੱਡਿਆ ਸੀ ਕਿਤੇ। ਤੇਰਾ ਇੱਥੇ ਇੰਨੀ ਇੱਜ਼ਤ ਹੈ ਕਿ ਤੂੰ ਇਸ ਘਰ ਦੇ ਵਿੱਚ ਜਵਾਈ ਟੋਕਰੀ ਢੋ ਕੇ ਰੋਟੀ ਖਾ ਰਹੇ ਹਾਂ, ਕਦੇ ਜਵਾਈਆਂ ਤੋਂ ਟੋਕਰਾ ਢੋਆਇਆ ਕਿਸੇ ਨੇ? ਇਹ ਨਹੀਂ ਆਖਿਆ ਵੀ ਆਪ ਗਵਾਏ ਸੇਵਾ ਕਰੇ, ਕਿਹੜੇ ਗੁਰੂ ਨੇ ਆਪ ਗਵਾ ਕੇ ਸੇਵਾ ਪੁੱਛੇ ਕੋਈ? ਧੰਨ ਗੁਰੂ ਅਮਰਦਾਸ ਮਹਾਰਾਜ ਵੀ ਆਪ ਵੀ ਗਵਾ ਕੇ ਸੇਵਾ ਕਰਦੇ ਰਹੇ, ਕੁੜਮਾਂ ਦੇ ਘਰ ਪਾਣੀ ਢੋਂਦੇ ਰਹੇ, ਅਤੇ ਇਕੱਠੇ ਹੋ ਕੇ ਆਏ ਬਲਾਦਰੀ ਵਾਲੇ ਲੋਕਾਂ, ਇਹ ਸਾਨੂੰ ਖਲੋਣ ਨਹੀਂ ਦਿੰਦੇ, ਉਹ ਕੁੜਮਾਂ ਦੇ ਘਰ ਪਾਣੀ ਢੋ ਰਿਹਾ, ਮਿਹਣੇ ਮਾਰੇ ਲੋਕਾਂ ਨੇ। ਇਹ ਬਚਨ ਆਖਿਆ ਹੀ ਨਹੀਂ ਇਕੱਲਾ ਵੀ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਂ। ਸੇਵਾ ਸਿਰਫ ਹੰਕਾਰ ਦੂਰ ਕਰਨ ਵਾਸਤੇ ਭਾਂਡੇ ਮਾਂਜ ਰਿਹਾ, ਝਾੜੂ ਮਾਰ ਰਿਹਾ, ਜਿਹਨਾਂ ਦਾ ਘਰ ਨੌਕਰ ਚਾਕਰ ਕੰਮ ਕਰਦੇ ਉਹ ਸੰਗਤ ਦੇ ਜੋੜਿਆਂ ਨੂੰ ਪਾਲਿਸ਼ ਕਰਦੇ ਆ ਗੁਰੂ ਘਰ ਦੇ ਵਿੱਚ ਆ ਕੇ, ਇਹ ਮੰਗ ਕੇ ਗਰੀਬੀ ਲਈ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ। ਚਾਰ ਹਿੱਸਿਆਂ ਵਿੱਚੋਂ ਤਿੰਨ ਹਿੱਸੇ ਗਰੀਬੀ ਗੁਰੂ ਨਾਨਕ ਦੇ ਘਰ ਦੇ ਵਿੱਚ, ਕੰਗਾਲੀ ਨਹੀਂ ਗਰੀਬੀ। ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਵਸਾਵੈ, ਨਾਨਕੀਹਾਂ ਮੁਕਤ ਆਗੈ ਸੁਖ ਪਾਵੈ। ਸਭ ਕੁਛ ਹੁੰਦਿਆਂ ਹੋਇਆ ਰਾਜ ਭਾਗ ਧਨ ਪਦਾਰਥ, ਮਨ ਦੀ ਗਰੀਬੀ ਹੈ, ਸੱਚੇ ਪਾਤਸ਼ਾਹ ਤੇਰਾ ਸਾਡਾ ਕੁਛ ਨਹੀਂ ਹੈ, ਇਹ ਮੰਗ ਕੇ ਲਈਏ। ਹੰਕਾਰ ਨਹੀਂ ਗਰੀਬੀ, ਨਿਮਰਤਾ ਇਹ ਬਖਸ਼ਿਸ਼ ਨਾਲ ਆਉਂਦੀ ਹੈ। ਜਦੋਂ ਗੁਰੂ ਮਿਹਰਬਾਨ ਆਉਂਦਾ, ਜਦੋਂ ਧਰਤੀ 'ਚ ਨਰਮਾਈ ਹੋਵੇ ਤਾਂ ਦਾਣਾ ਉੱਗ ਪੈਂਦਾ, ਉੱਥੇ ਸੁੱਕੇ ਥਾਂ 'ਚ ਨਹੀਂ ਉੱਗਣੇ ਸਾਧ ਸੰਗਤ 'ਚ। ਜਦੋਂ ਫਲ ਲੱਗਦੇ ਆ ਟਾਹਣੀ ਤਾਂ ਥੱਲੇ ਝੁੱਕ ਜਾਂਦੀ ਹੈ, ਇਹ ਨਿਸ਼ਾਨੀ, ਜਦ ਫਲ ਲੱਗੇਗਾ ਤਾਂ ਝੁੱਕ ਜਾਣਗੀਆਂ। ਭਾਈ ਗੁਰਦਾਸ ਜੀ ਦਾ ਵੀ ਬਚਨ ਹੈ, ਜਿਨ੍ਹਾਂ ਦੇ ਭਾਵ ਮਨ 'ਚੋਂ ਹੰਕਾਰ ਚੱਲਿਆ ਗਿਆ ਅਤੇ ਗਰੀਬੀ ਭਾਵ ਆ ਗਿਆ, ਮੈਂ ਉਹਨਾਂ ਤੋਂ ਬਲਿਹਾਰੇ ਕੁਰਬਾਨ ਜਾਂਦਾ ਹਾਂ। ਹਿਰਦੈ ਗਰੀਬੀ ਆਵੇ ਗੁਰਮਤਿ, ਹਿਰਦੈ ਗਰੀਬੀ ਆਵੇ
ਰਿਦੈ ਗਰੀਬੀ ਆਵੇ, ਰਿਦੈ ਗਰੀਬੀ ਆਵੇ, ਗੁਰਮਤ ਰਿਦੈ ਗਰੀਬੀ ਆਵੇ, ਗੁਰਮਤ ਸਕੋਲ ਕਮਾਇਆ, ਹਾਂ ਤੇ ਸਕੋਲ ਕਮਾਇਆ, ਹਾਂ ਤੇ ਸਕੋਲ ਕਮਾਇਆ, ਹਾਂ ਤੇ ਸਕੋਲ ਕਮਾਇਆ, ਰਿਦੈ ਗਰੀਬੀ, ਗੁਰਮਤ ਰਿਦੈ ਗਰੀਬੀ ਆਵੇ, ਰਿਦੈ ਗਰੀਬੀ ਆਵੇ, ਗੁਰਮਤ ਰਿਦੈ ਗਰੀਬੀ ਆਵੇ, ਗੁਰਮਤ ਹਾਂ ਤਿਸ ਕੋਲ ਕਮਾਇਆ, ਗੁਰਮਤ ਰਿਦੈ ਗਰੀਬੀ ਆਵੇ। ਕਿਹੜੀ ਗਰੀਬੀ, ਮਾਣ ਹੁੰਦੇ ਹੋਏ ਨਮਾਣਾ, ਤਾਣ ਹੁੰਦੇ ਹੋਏ ਨਤਾਣਾ, ਅਨ ਹੁੰਦਾ ਆਪ ਵੰਡਾਏ, ਕੋਈ ਐਸਾ ਭਗਤ ਸਦਾਏ। ਰੱਬ ਦੇ ਘਰ ਵਿੱਚ ਨਮਾਣਿਆਂ ਨੂੰ ਮਾਣ ਮਿਲਦਾ ਹੈ। ਹਰ ਜੀਓ ਨਮਾਣਿਆਂ ਤੋਂ ਮਾਂ, ਜਿਹਦੇ ਮਨ 'ਚ ਕਿਸੇ ਵੀ ਪ੍ਰਕਾਰ ਦਾ ਮਾਣ ਹੈ, ਭਾਵੇਂ ਜਾਤੀ ਦਾ, ਭਾਵੇਂ ਧਰਮ ਦਾ, ਭਾਵੇਂ ਜਪ ਤਪ ਦਾ, ਕਿਸੇ ਵੀ ਗੱਲ ਦਾ ਮਾਣ ਹੈ, ਰੱਬ ਦੇ ਘਰ ਦੇ ਵਿੱਚ ਉਹਨੂੰ ਥਾਂ ਨਹੀਂ ਹੈ। ਉਹ ਗਰੀਬ ਨਿਵਾਜ ਹੈ। ਕਿਹੜੇ ਗਰੀਬ? ਜਿਹੜੇ ਮਨ ਦੇ ਗਰੀਬ ਨੇ। ਸਾਨੂੰ ਤਾਂ ਰਾਜ ਭਾਗ ਦਿੱਤਾ ਨਾ, ਗੁਰ ਕਿਰਪਾ 'ਤੇ ਤੂੰ ਕਰ ਰਾਜ ਯੋਗ। ਕੰਗਾਲੀ ਨਹੀਂ ਦਿੱਤੀ ਸਿੱਖ ਨੂੰ, ਮਨ ਦੀ ਗਰੀਬੀ ਦਿੱਤੀ। ਸਭ ਕੁਛ ਹੁੰਦਿਆਂ ਹੋਇਆਂ ਕਿਸੇ ਗੱਲ ਦਾ ਮਾਣ ਨਹੀਂ ਕਰਦਾ ਹੈ। ਗਰੀਬੀ ਭਾਵ ਰੱਖਣਾ, ਅਤੇ ਗੁਰੂ ਰਾਮਦਾਸ ਮਹਾਰਾਜ ਨੂੰ ਸੋਢੀ ਕਹਿੰਦੇ ਨੇ, ਸਾਡਾ ਨੱਕ ਵੱਢ ਛੱਡਿਆ। ਤਾਂ ਕਦੇ ਜਵਾਈ ਵੀ ਟੋਕਰੇ ਢੋਂਦੇ ਆਉਂਦੇ ਆ ਸਹੁਰਿਆਂ ਦੇ ਘਰ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਤੁਹਾਨੂੰ ਨਹੀਂ ਪਤਾ ਜਿਹੜਾ ਆਨੰਦ ਸੇਵਾ ਦੇ ਵਿੱਚ ਹੈ ਉਹ ਰਾਜ ਭਾਗ ਵਿੱਚ ਨਹੀਂ ਹੈ। ਜੋ ਸੁੱਖ ਹਰ ਗੋਬਿੰਦ ਕੀ ਸੇਵਾ, ਸੋ ਸੁੱਖ ਰਾਜ ਨਾ ਲਹੀ ਹੈ। ਅਤੇ ਗੁਰੂ ਅਮਰਦਾਸ ਮਹਾਰਾਜ ਕੋਲ ਵੀ ਚਲੇ ਗਏ। ਬਹੁਤ ਉੱਚਾ ਨੀਵਾਂ ਬੋਲਦੇ ਆ, ਕੀ ਹੋ ਗਿਆ ਜੇ ਤੁਹਾਡੀ ਸਰਨ ਵਿੱਚ ਆ ਗਏ? ਅਤੇ ਟੋਕਰੇ ਢੋਣੇ ਸੀ ਇਹਨਾਂ ਤੋਂ, ਦਾੜੇ 'ਤੇ ਮਿੱਟੀ ਗਰਦਾ ਪਿਆ, ਧੂੜ ਪਈ ਹੈ ਪਵਿੱਤਰ ਮੁੱਖ 'ਤੇ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਸੋਡੀਓ ਜਿਹੜਾ ਤੁਹਾਨੂੰ ਟੋਕਰਾ ਦਿਸਦਾ ਨਾ, ਇਹ ਤਾਂ ਤ੍ਰਿਲੋਕੀ ਦਾ ਛਤਰ ਰੱਖਿਆ ਸੀ ਇਹਦੇ ਸਿਰ 'ਤੇ, ਇਹ ਤ੍ਰਿਲੋਕੀ ਦਾ ਛਤਰ ਹੈ। ਆ ਜਿਹੜਾ ਤੁਸੀਂ ਧੂੜ ਗਰਦਾ ਕਹਿੰਦੇ ਹੋ, ਇਹ ਤਾਂ ਅਸੀਂ ਅਤਰ ਛਿੜਕਿਆ ਇਹਦੇ
ਸਾਰੀ ਚਾਰੇ ਕੁੰਟਾਂ ਨੂੰ ਸੁਗੰਧਿਤ ਕਰ ਦੇਣਾ। ਸਾਧਸੰਗ ਜੀ ਬੇਨਤੀ ਹੈ, ਜਦੋਂ ਸੇਵਾ ਕਰਦਿਆਂ ਵਸਤਰ ਮੈਲੇ ਹੋਣ, ਹੱਥ ਪੈਰ ਮੈਲੇ ਹੋਣ, ਤਾਂ ਸਮਝਿਆ ਜੇ ਮਨ ਤੋਂ ਮੈਂ ਲੈ ਰਹੀ ਹੈ, ਬਾਹਰ ਨਿਕਲ ਰਹੀ ਹੈ। ਸੇਵਾਕਾਰੀ ਹੋ ਸਕਦਾ ਜਿਹੜਾ ਦੇਹ ਅੰਗਤਾ ਛੱਡ ਦੇਵੇ, ਅਤੇ ਜਿਹੜਾ ਆਪਣੇ ਲੀੜਿਆਂ ਵੱਲ ਵੇਖਦਾ ਰਹੇ ਨਾ, ਦਾਗ ਨਾ ਲੱਗ ਜਾਏ ਦਾਲ ਸਬਜ਼ੀ, ਉਹ ਸੇਵਾ ਨਹੀਂ ਕਰ ਸਕਦਾ। ਸੇਵਾ ਕਰਨੀ ਇਸੇ ਵਾਸਤੇ ਕਿ ਤੇਰੇ ਹੱਥ ਪੈਰ ਸੇਵਾ ਕਰਦਿਆਂ ਵਸਤਰਾਂ ਨੂੰ ਦਾਲ ਸਬਜ਼ੀ ਲੱਗੇ ਮੈਲੇ ਹੋਣ, ਤੇਰੀ ਦੇਹ ਅੰਗਤਾ ਉਦੋਂ ਟੁੱਟੇਗੀ। ਜੋ ਦੇਹ ਅੰਗਤਾ ਟੁੱਟੇਗੀ ਤਾਂ ਸਮਝੀ ਤੇਰੇ 'ਤੇ ਕਿਰਪਾ ਹੋ ਗਈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਤੁਸੀਂ ਇਹਨੂੰ ਟੋਕਰਾ ਸਮਝਦੇ ਹੋ, ਮਿੱਟੀ ਗਰਦਾ ਸਮਝਦੇ ਹੋ। ਜਦੋਂ ਮੈਂ ਸੰਗਤ ਨੂੰ ਪੱਖਾ ਚੱਲਦਾ ਨਾ, ਸੰਗਤ ਵਾਸਤੇ ਪਾਣੀ ਢੋਨਾ, ਜਿਹੜਾ ਆਨੰਦ ਮੈਨੂੰ ਪ੍ਰਾਪਤ ਹੁੰਦਾ ਉਹ ਮੈਂ ਹੀ ਜਾਣਦਾ। ਹੋਵਾ ਮੈਂ ਨਿਹਾਲ ਪਾਣੀ ਪੱਖਾ ਪੀਸ ਕੇ, ਹੋਵਾ ਮੈਂ ਨਿਹਾਲ ਪਾਣੀ ਪੱਖਾ ਪੀਸ ਕੇ, ਪੱਖਾ ਪੀਸ ਕੇ ਪਾਣੀ ਪੱਖਾ, ਪਾਣੀ ਪੱਖਾ ਪੀਸ ਕੇ, ਪਾਣੀ ਪੱਖਾ ਪੀਸ ਕੇ, ਪੱਖਾ ਪੀਸ ਕੇ ਹੋਵਾ ਮੈਂ ਨਿਹਾਲ, ਹੋਵਾ ਮੈਂ ਨਿਹਾਲ ਪਾਣੀ ਪੱਖਾ ਪੀਸ ਕੇ, ਸਾਡੇ ਵਿੱਚ ਸੇਵਾ ਵਾਲਾ ਗੁਣ ਭਰਿਆ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਵੱਡੇ ਸਾਹਿਬਜ਼ਾਦਿਆਂ ਨੂੰ ਛੱਡ ਕੇ ਗੁਰਤਾ ਗੱਦੀ, ਛੋਟੇ ਸਾਹਿਬਜ਼ਾਦੇ ਵੱਡੇ ਪ੍ਰਿਥੀ ਚੰਦ, ਉਹਨਾਂ ਤੋਂ ਛੋਟੇ ਮਹਾਦੇਵ, ਸਭ ਤੋਂ ਛੋਟੇ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਨੂੰ ਗੁਰਤਾ ਗੱਦੀ ਬਖਸ਼ੀ। ਫਿਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਡੇ 'ਤੇ ਕਿਰਪਾ ਕੀਤੀ। ਇੱਕ ਤਾਂ ਕੌਮ ਦੀ ਵੱਖਰੀ ਭਾਸ਼ਾ ਹੁੰਦੀ ਹੈ, ਕੌਮ ਦੀਆਂ ਨਿਸ਼ਾਨੀਆਂ ਜਿਹੜੀਆਂ, ਉਹਨਾਂ ਦੀ ਭਾਸ਼ਾ ਵੱਖਰੀ ਹੁੰਦੀ ਹੈ, ਉਹਨਾਂ ਦਾ ਨਿਸ਼ਾਨ ਵੱਖਰਾ ਹੁੰਦਾ, ਕੇਸਰੀ ਨਿਸ਼ਾਨ ਸਾਹਿਬ, ਉਹਨਾਂ ਦਾ ਆਪਣਾ ਕੇਂਦਰੀ ਸਥਾਨ ਹੁੰਦਾ ਹੈ। ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਸਥਾਨ ਬਣਾਇਆ ਕੌਮ ਦਾ ਦੁਨੀਆ ਦਾ ਨਿਆਰਾ,
ਹਰ ਇੱਕ ਧਰਮ ਦਾ ਆਪਣਾ ਆਪਣਾ ਕੇਂਦਰੀ ਸਥਾਨ ਹੈ। ਮੱਕਾ ਸ਼ਰੀਫ ਇਸਲਾਮ ਮਤ ਦਾ, ਅਮਰਨਾਥ ਹਿੰਦੂ ਧਰਮ ਦਾ, ਗਿਆ ਜੀ ਜੈਨ ਮਤ ਦਾ, ਹਰ ਇੱਕ ਧਰਮ ਦਾ ਕੇਂਦਰੀ। ਸਾਡਾ ਕੇਂਦਰੀ ਸਥਾਨ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ। ਇੱਧਰ ਸਥਾਨ ਬਣ ਰਿਹਾ ਹੈ ਕੌਮ ਦਾ ਵੱਖਰਾ, ਦੁਨੀਆ ਤੋਂ ਜਿਹਦੇ ਵਰਗਾ, ਡਿੱਠੇ ਸੱਭੇ ਥਾਵ ਨਹੀਂ ਤੁਦ ਜਿਹਾ। ਗੁਰੂ ਨਾਨਕ ਦੇ ਘਰ ਦੀ ਹਰ ਗੱਲ ਦੁਨੀਆ ਤੋਂ ਵੱਖਰੀ ਹੈ ਸਾਧ ਸੰਗਤ। ਗੁਰੂ ਨਾਨਕ ਦੇ ਘਰ ਦਾ ਸਰੂਪ ਦੁਨੀਆ ਤੋਂ ਵੱਖਰਾ ਹੈ। ਇਕੱਲਾ ਹੀ ਖੜਾ ਲੱਖਾਂ 'ਚ ਪਛਾਣਿਆ ਜਾਂਦਾ, ਉਹ ਸਰਦਾਰ ਜੀ ਖੜੇ ਹੈ। ਭਾਵੇਂ ਆਪਾਂ ਨੂੰ ਸਰਦਾਰ ਜੀ ਨਹੀਂ ਚੰਗਾ ਲੱਗਿਆ, ਚਲੋ ਮਾਡਰਨ ਬਣ ਗਏ, ਪਰ ਲੱਖਾਂ 'ਚ ਖੱਲਾ ਖੜੇ ਇਕੱਲਾ ਹੀ ਖੜਾ ਪਛਾਣਿਆ ਜਾਂਦਾ। ਆਪਣਾ ਸਰੂਪ ਦੇ ਕੇ ਭੇਜਿਆ ਅਕਾਲ ਪੁਰਖ, ਜਿਹੋ ਜਿਹਾ ਪਰਮਾਤਮਾ ਹੈ ਉਹੋ ਜਿਹਾ ਆਪਣਾ ਸਰੂਪ ਦਿੱਤਾ ਉਹਨੇ। ਸਾਬਤ ਸੂਰਤ ਰੱਬ ਦੀ ਇਹ ਜਿਹੜਾ ਸਰੂਪ ਹੈ ਰੱਬ ਦਾ, ਇਸ ਤਰ੍ਹਾਂ ਜਿਹੋ ਜਿਹਾ ਪਿਓ ਹੁੰਦਾ ਉਹੋ ਜਿਹਾ ਪੁੱਤਰ ਹੁੰਦਾ। ਅਸੀਂ ਰੱਬ ਦੇ ਪੁੱਤਰ ਹਾਂ, ਰੱਬ ਦਾ ਸਰੂਪ ਵੀ ਜੱਟਾ ਜੂਟ ਹੈ। ਸੋਹਣੇ ਨੱਕ ਜਿਨ ਲੰਮੜੇ ਵਾਲਾ, ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ। ਰੱਬ ਵੀ ਦਸਤਾਰ ਬਣਦਾ, ਨਾਮਦੇਵ ਜੀ ਕਹਿੰਦੇ, ਅਤੇ ਉਹਦੇ ਲੰਮੇ ਲੰਮੇ ਕੇਸ ਨੇ। ਸਾਬਤ ਸੂਰਤ ਹੈ, ਅਸੀਂ ਉਹਦੇ ਪੁੱਤਰ ਹਾਂ। ਜਿਹੋ ਜਿਹਾ ਪਿਓ ਹੁੰਦਾ ਪੁੱਤਰ ਵੀ ਉਸ ਤਰ੍ਹਾਂ ਦੀ ਹੁੰਦਾ। ਅਤੇ ਜੇ ਪੁੱਤਰ ਉਹੋ ਜਿਹਾ ਨਾ ਨਾ ਹੋਵੇ, ਫਿਰ ਇੱਕ ਗੱਲ ਲੱਗਦੀ ਉਹਦੇ 'ਤੇ ਕਿ ਤੇਰਾ ਪਿਓ ਕਿਹੋ ਜਿਹਾ ਅਤੇ ਤੂੰ ਕਿਹੋ ਜਿਹਾ। ਅਸੀਂ ਰੱਬ ਦੇ ਪੁੱਤਰ ਹਾਂ, ਸਾਡਾ ਸਰੂਪ ਦੁਨੀਆ ਤੋਂ ਲੈਦਾ, ਸਾਡਾ ਨਿਸ਼ਾਨ ਦੁਨੀਆ ਤੋਂ ਲੈਦਾ, ਸਾਡੀ ਭਾਸ਼ਾ ਦੁਨੀਆ ਤੋਂ ਲੈ ਦੀ, ਸਾਡੀ ਪੰਗਤ ਦੁਨੀਆ ਤੋਂ ਲੈ ਦੀ, ਸਾਡੀ ਸੰਗਤ ਦੁਨੀਆ ਤੋਂ ਲੈ ਦੀ, ਸਾਡਾ ਸਥਾਨ ਦੁਨੀਆ ਤੋਂ ਲੈਦਾ। ਇਹ ਨਹੀਂ ਕਿ ਉਹਨੂੰ ਸੋਨਾ ਲੱਗਿਆ ਤਾਂ ਲੈਦਾ। ਸੋਨਾ ਤਾਂ ਮੰਦਰਾਂ ਉੱਤੇ ਟੰਨਾਂ ਦੇ ਹਿਸਾਬ ਨਾਲ ਲੱਗਿਆ ਹੋਇਆ, ਟੰਨਾਂ ਦੇ ਹਿਸਾਬ ਨਾਲ, ਕਈ ਮੰਦਰਾਂ ਉੱਤੇ ਟੰਨਾਂ ਦੇ ਹਿਸਾਬ ਨਾਲ ਸੋਨਾ ਲੱਗਿਆ ਹੋਇਆ। ਪਰ ਉਸ ਘਰ ਦੀ ਵਡਿਆਈ, ਉਸ ਘਰ ਦੇ ਚਾਰ ਦਰਵਾਜ਼ੇ ਹੈ, ਕੋਈ ਆ ਜਾਵੇ, ਖੱਤਰੀ ਬ੍ਰਹਿਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝ, ਸਾਰੀ ਦੁਨੀਆ ਦਾ ਸਥਾਨ ਹੈ ਉਹ। ਬਾਕੀ ਆਪੋ ਆਪਣੇ ਧਰਮਾਂ ਦੇ ਨੇ, ਉੱਥੇ ਦੂਜਾ ਵਾੜ ਹੀ ਨਹੀਂ ਸਕਦਾ। ਗੁਰੂ ਨਾਨਕ ਦੇ ਘਰ 'ਚ ਕੋਈ ਆ ਜਾਵੇ, ਉੱਥੇ ਹਿੰਦੂ ਵੀ ਨਮਸਕਾਰ ਕਰਦਾ ਦੇਖਿਆ, ਅਤੇ ਮੁਸਲਮਾਨ ਵੀਰ ਵੀ ਪ੍ਰਸ਼ਾਦ ਲੈਂਦਾ ਦੇਖਿਆ ਜਾ ਸਕਦਾ, ਸਿੱਖ ਵੀ ਬਾਣੀ ਪੜ੍ਹਦੇ ਤਾਂ ਆਪਾਂ ਨੂੰ ਮਿਲਣ ਗਈ ਨਾ। ਰੱਬ ਦਾ ਘਰ ਹੈ, ਰੱਬ ਦੇ ਘਰ ਤਾਂ ਸਾਰੇ ਹੀ ਜਾ ਸਕਦੇ, ਅਤੇ ਜਿੱਥੇ ਕਿਸੇ ਨੂੰ ਮਨਾਹੀ ਹੈ ਉਹ ਰੱਬ ਦਾ ਘਰ ਨਹੀਂ ਹੋ ਸਕਦਾ, ਉਹਨਾਂ ਦਾ ਆਪਣਾ। ਤਾਂ ਸਾਧ ਸੰਗਤ ਜੀ, ਹਰਿਮੰਦਰ ਸਾਹਿਬ ਦੀ ਤਿਆਰੀ ਹੋ ਰਹੀ ਹੈ ਉੱਧਰ। ਇਹ ਟੱਪਾ ਕਿਹਨੇ ਲਾਇਆ ਸੀ ਹਰਿਮੰਦਰ ਸਾਹਿਬ ਦਾ? ਠੀਕ ਹੈ, ਸਾਈਂ ਮੀਆਂ ਮੀਰ ਜੇ ਨੀਂਹ ਪੱਥਰ ਰੱਖਿਆ, ਟੱਪ ਕਿਹਨੇ ਲਾਇਆ ਸੀ? ਗੁਰਬਾਣੀ ਕਹਿੰਦੀ ਅਕਾਲ ਪੁਰਖ ਨੇ ਆਪ ਟੱਪ ਲਾਇਆ ਹਰਿਮੰਦਰ ਸਾਹਿਬ ਦਾ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਮੋਢੇ 'ਤੇ ਕਹੀ ਹੈ ਅਤੇ ਸਿਰ 'ਤੇ ਟੋਕਰਾ ਰੱਖਿਆ। ਬਹੁਤ ਸੰਗਤ ਸੇਵਾ ਕਰ ਰਹੀ ਹੈ। ਪੰਜਵੇਂ ਪਾਤਸ਼ਾਹ ਭਾਈ ਗੁਰਦਾਸ ਜੀ ਨੇ ਕਹਿੰਦੇ, ਜਾਓ ਭਾਈ ਗੁਰਦਾਸ, ਦੇਖੋ ਕਿਹੜੇ ਇਲਾਕੇ ਦੀ ਸੰਗਤ ਆਈ ਹੈ। ਮੁਖੀ ਗੁਰਸਿੱਖ ਲੈ ਕੇ ਆਉਂਦੇ ਸੀ ਲਹਿਦਾ ਲਹਿਦਾ ਇਲਾਕਿਆਂ,
ਭਾਈ ਗੁਰਦਾਸ ਪੁੱਛਦੇ ਨੇ ਕਿੱਥੋਂ ਆਏ ਹੋ ਭਾਈ, ਇਲਾਕਾ ਕਿਹੜਾ ਤੁਹਾਡਾ? ਉਹ ਅਗਾਂਹ ਟੋਕਰਾ ਲੈ ਕੇ ਲੰਘ ਜਾਂਦੇ। ਬੜਿਆਂ ਨੂੰ ਪੁੱਛਿਆ, ਦੱਸਿਆ ਇਹਨਾਂ, ਮਹਾਰਾਜ ਕੋਈ ਦੱਸਦਾ ਨਹੀਂ, ਆਪ ਆ ਗਏ ਪੰਜਵੇਂ ਪਾਤਸ਼ਾਹ ਮਹਾਰਾਜ। ਸਭ ਦੇਵਤੇ ਸੇਵਾ 'ਤੇ ਟੋਕਰਾ ਟੋਰਿਆ ਉੱਥੇ, ਅਤੇ ਕਾਲ ਪੁਰਖ ਆਪ ਟੋਕਰਾ ਲੈ ਕੇ ਕਈ ਲੈ ਕੇ ਖੜਾ, ਜਿੱਥੇ ਹਰ ਕੀਆਂ ਪੌੜੀਆਂ ਕਿਉਂ ਨਾ ਰੱਖਿਆ ਹੋਇਆ ਉਹਦਾ ਸਾਧ ਸਿੰਘ, ਚੂਲਾ ਲੈਂਦੇ ਨਾ, ਇਹ ਐਵੇਂ ਨਹੀਂ ਰੱਖ ਛੱਡਿਆ। ਅਤੇ ਹੁਣ ਗੁਰੂ ਤਾਂ ਜਾਣਦਾ ਨਾ, ਪਰਮੇਸ਼ੁਰ ਅਤੇ ਗੁਰੂ ਇੱਕ ਰੂਪ ਹੀ ਹੈ, ਗੁਰ ਪਰਮੇਸ਼ੁਰ ਇੱਕੋ ਜਾਣ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਗੁਰੂ ਅਤੇ ਪਰਮੇਸ਼ੁਰ ਵਿੱਚ ਫਰਕ ਨਹੀਂ। ਕਾਲ ਪੁਰਖ ਦੇਖਿਆ ਸਰਗੁਣ ਰੂਪ ਧਾਰ ਕੇ ਖੜਾ, ਨਮਸਕਾਰ ਕਰਨ ਲੱਗੇ, ਘੁੱਟ ਕੇ ਛਾਤੀ ਨਾਲ ਲਾ ਲਿਆ। ਇੱਥੇ ਪਰਮਾਤਮਾ ਦਾ ਘਰ ਹਰਿਮੰਦਰ ਟੱਪ ਲਾਇਆ, ਉੱਥੇ ਹਰਕੀਆਂ ਪੌੜੀਆਂ 'ਤੇ ਜਲ ਲੈਂਦੇ, ਸਰੋਵਰ ਤਾਂ ਸਾਰਾ ਹੀ ਇੱਕੋ ਹੀ ਹੈ ਨਾ, ਉੱਥੇ ਚੋਲਾ ਲੈਂਦੇ। ਬੜਿਆਂ ਨੇ ਮੱਥੇ ਲਾਏ, ਮੱਥੇ ਭਨਾ ਕੇ ਚਲੇ ਗਏ, ਕਈਆਂ ਨੇ ਉਹ ਢਹਿ ਢੇਰੀ ਕੀਤਾ, ਪਰ ਉੱਥੇ ਤਾਂ ਗੂੰਜਾਂ ਪੈਂਦੀਆਂ ਨੇ, ਉਹਨਾਂ ਦਾ ਪਤਾ ਨਹੀਂ ਕਿੱਧਰ ਗਏ ਕਿੱਧਰ ਨਹੀਂ। ਉਹ ਹਰਿਮੰਦਰ ਸਾਹਿਬ ਦੀ ਤਿਆਰੀ ਹੋ ਰਹੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਦਰਸ਼ਨ ਦੇਣ ਵਾਸਤੇ ਹਰਿਮੰਦਰ ਸਾਹਿਬ ਦੀ ਤਿਆਰੀ ਨਹੀਂ ਕੀਤੀ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਹੋ ਜਿਹੇ ਸਥਾਨ 'ਤੇ ਹੋਣਾ ਚਾਹੀਦਾ, ਕਿੰਨੇ ਕੁ ਸਤਿਕਾਰ ਨਾਲ ਹੋਣਾ ਚਾਹੀਦਾ। ਇੱਧਰ ਹਰਿਮੰਦਰ ਸਾਹਿਬ ਦੀ ਤਿਆਰੀ ਹੋ ਰਹੀ ਅਤੇ ਉੱਧਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰਾਮਸਰ ਸਰੋਵਰ ਦੇ ਕਿਨਾਰੇ ਬੈਠ ਕੇ ਭਾਈ ਗੁਰਦਾਸ ਜੀ ਤੋਂ ਲਿਖਾਈ ਜਾ ਰਹੀ ਹੈ ਬਾਣੀ, ਭਗਤਾਂ ਦੀ, ਗੁਰਸਿੱਖਾਂ ਦੀ, ਪੱਟਾਂ ਦੀ, ਪੰਜ ਗੁਰੂ ਸਾਹਿਬਾਨਾਂ ਦੀ ਬਾਣੀ, ਸਰੂਪ ਤਿਆਰ ਹੋ ਗਿਆ। ਇੱਕ ਇੱਕ ਗੱਲ ਜਿਹੜੀ, ਇੱਕ ਇੱਕ ਗੱਲ, ਹਰ ਇੱਕ ਗੱਲ ਗੁਣਦੀ ਹੈ ਸਾਧ ਸਿੰਘ। ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਸੰਨ ਲਾ ਕੇ ਲੋਕਾਂ ਨੇ ਮੱਤ ਚਲਾਇਆ, ਇੱਥੇ ਹਰ ਗੱਲ ਗੁਣਦੀ ਹੈ। ਅਤੇ ਚੋਰੀ ਕਿੰਨਾ ਘਰਾਂ 'ਚ ਹੁੰਦੀ, ਜਿਨ੍ਹਾਂ ਦੇ ਘਰ ਮਾਲ ਬਹੁਤ ਹੁੰਦਾ। ਤੁਸੀਂ ਦੇਖਿਆ ਗਰੀਬਾਂ ਨੇ ਉਹ ਡੱਕਾ ਹੀ ਫਸਾਇਆ ਹੁੰਦਾ ਕੁੰਡੇ 'ਚ, ਲੈ ਜਾਓ ਕੀ ਲਿਜਾਓਗੇ, ਆਹ ਟੁੱਟੇ ਜਿਹੇ ਭਾਂਡੇ ਪੈ ਨੇ ਲੈ ਜਾਓ, ਡਬਲ ਡਬਲ ਜਿੰਦੇ ਕਿੱਥੇ ਲੱਗਦੇ ਆ। ਇਹ ਗੁਰੂ ਨਾਨਕ ਦੇ ਘਰ 'ਚ ਸੰਨ ਲਾ ਲਾ ਕੇ ਲੋਕਾਂ ਨੇ ਮੱਤ ਚਲਾਇਆ, ਇੱਕ ਇੱਕ ਗੁਣ ਚਰਾ ਕੇ। ਹਰ ਇੱਕ ਗੱਲ ਗੁਣਦੀ ਹੈ ਸਾਧ ਸੰਗਤ, ਕੋਈ ਗੱਲ ਕਰੋ। ਗੁਰੂ ਮਹਾਰਾਜ ਸਰੂਪ ਤਿਆਰ ਹੋ ਗਿਆ, ਹੁਣ ਗ੍ਰੰਥੀ ਜੇ ਤਾਂ ਦੇਖਦੇ ਵਿਦਵਤਾ ਵੱਲੋਂ ਅਤੇ ਰਿਸ਼ਤੇਦਾਰੀ ਵੱਲੋਂ ਤਾਂ ਭਾਈ ਗੁਰਦਾਸ ਜੀ ਗ੍ਰੰਥੀ ਬਣਨੇ ਚਾਹੀਦੇ, ਉਹਨਾਂ ਵਰਗਾ ਵਿਦਵਾਨ ਵੀ ਕੋਈ ਨਹੀਂ, ਅਤੇ ਪੰਜਵੇਂ ਪਾਤਸ਼ਾਹ ਦੇ ਮਾਮਾ ਜੀ ਲੱਗਦੇ ਆ ਭਾਈ ਗੁਰਦਾਸ, ਬੀਬੀ ਭਾਨੀ ਦੇ ਚਾਚੇ ਦੇ ਪੁੱਤਰ ਭਰਾ ਲੱਗਦੇ ਆ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਾਮਾ ਜੀ ਲੱਗਦੇ ਆ ਭਾਈ ਸਾਹਿਬ ਭਾਈ ਗੁਰਦਾਸ। ਪਰ ਗੁਰੂ ਘਰ 'ਚ ਇਲੈਕਸ਼ਨ ਨਹੀਂ, ਸਿਲੈਕਸ਼ਨ ਹੈ। ਹੁਣ ਇਲੈਕਸ਼ਨ ਆ ਗਿਆ, ਵੈਸੇ ਗੁਰੂ ਘਰ 'ਚ ਸਿਲੈਕਸ਼ਨ ਹੈ, ਗੁਣਾਂ ਦੇ ਆਧਾਰ 'ਤੇ ਹੁੰਦੀ। ਗੁਰਸਿੱਖ ਹੈ, ਰਹਿਤ ਬਹਿਤ ਵਾਲਾ ਹੈ, ਨਿਤਨੇਮੀ ਹੈ, ਗੁਰੂ ਘਰ ਨਾਲ ਪਿਆਰ ਰੱਖਦਾ, ਇਹ ਗੁਰੂ ਘਰ ਨਾਲ ਆਪ ਜੁੜਿਆ ਅਤੇ ਹੋਰਾਂ ਨੂੰ ਵੀ ਜੋੜੇਗਾ। ਬਾਕੀ ਹੁਣ ਤੁਹਾਨੂੰ ਪਤਾ ਹੀ ਹੈ ਹਾਲਾਤ ਕੀ ਬਣੇ ਆ ਸਾਡੇ। ਫਿਰ ਸਾਧ ਸਿੰਘ ਜੀ, ਫਿਰ ਸਿਲੈਕਸ਼ਨ ਬਾਬਾ ਬੁੱਢਾ ਸਾਹਿਬ ਜੀ, ਇੱਕੋ ਹੀ ਗੁਰਸਿੱਖ ਹੋਇਆ ਜਿਨ੍ਹਾਂ ਵਰਗੀ ਸਿੱਖੀ ਨਹੀਂ ਕਮਾ ਸਕਿਆ ਕੋਈ, ਬਾਬਾ ਬੁੱਢਾ ਸਾਹਿਬ ਵਰਗੀ।
ਜਿਹਨੇ 8 ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਆ ਬਾਬਾ ਬੁੱਢਾ ਸਾਹਿਬ ਜੀ ਨੇ, 8 ਪਾਤਸ਼ਾਹੀਆਂ ਨੇ, 6 ਪਾਤਸ਼ਾਹੀਆਂ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕੀਤੀ ਬਾਬਾ ਬੁੱਢਾ ਸਾਹਿਬ ਜੀ ਨੇ, 5 ਪਾਤਸ਼ਾਹੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਬਾਬਾ ਬੁੱਢਾ ਸਾਹਿਬ ਜੀ ਨੇ, ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਦੀ ਸੇਵਾ, ਪ੍ਰਕਾਸ਼ ਹੋਇਆ ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਗਤ 'ਚ ਬੈਠੇ, ਬਾਬਾ ਜੀ ਹੁਕਮਨਾਮਾ, ਪਹਿਲਾ ਹੁਕਮਨਾਮਾ, ਸੰਤਾਂ ਕੇ ਕਾਰ ਜਾਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਦੋਂ ਜਦੋਂ ਪੰਥ ਨੂੰ ਲੋੜ ਪਈ ਪੰਥੀ ਅਗਵਾਈ ਕੀਤੀ ਹੈ, ਹੁਣ ਵੀ ਕਰਦੇ ਨੇ। ਜਦੋਂ ਤੁਸੀਂ ਸ਼ਰਧਾ ਨਾਲ ਭਾਵਨਾ ਨਾਲ ਅਰਦਾਸ ਕਰੋਗੇ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਹੁਕਮਨਾਮਾ ਸਾਹਿਬ 'ਚ ਕਿਰਪਾ ਕਰਦੇ ਨੇ, ਪਰ ਤੁਹਾਡਾ ਉਦੋਂ ਮਨ ਹਾਜ਼ਰ ਹੋਣਾ ਚਾਹੀਦਾ ਹੁਕਮਨਾਮਾ ਸਾਹਿਬ। ਜਦੋਂ ਤੁਸੀਂ ਕੋਈ ਵਿਚਾਰ ਸੁਣੋਗੇ ਨਾ, ਉਦੋਂ ਮਹਾਰਾਜ ਹੁਕਮਨਾਮੇ ਦੇ ਵਿੱਚ ਉਹੀ ਕਿਰਪਾ ਕਰਨੀ, ਕਹਿੰਦੇ ਖਿਆਲ ਕਰਿਓ ਹਾਜ਼ਰ ਨਾਜ਼ਰ ਨੇ ਸੱਚੇ ਪਾਤਸ਼ਾਹ। ਦੁਨੀਆਂ ਵਿੱਚ ਗ੍ਰੰਥ ਬੜੇ ਨੇ, ਸਾਰੇ ਸਤਿਕਾਰਯੋਗ ਨੇ, ਪਰ ਕਿਸੇ ਨੂੰ ਗੁਰਤਾ ਗੱਦੀ ਦਾ ਤਿਲਕ ਨਹੀਂ ਲੱਗਿਆ ਕਿਸੇ ਗ੍ਰੰਥ, ਸਾਰਿਆਂ 'ਚ ਹੀ ਰੱਬ ਦਾ ਉਪਦੇਸ਼। ਅਤੇ 10 ਪਾਤਸ਼ਾਹੀਆਂ ਵਿੱਚੋਂ ਕਿਸੇ ਪਾਤਸ਼ਾਹੀ ਨੂੰ ਗੁਰੂ ਨੇ ਤਿਲਕ ਨਹੀਂ ਲਾਇਆ ਗੁਰਤਾ ਗੱਦੀ ਦਾ, ਬਾਬਾ ਬੁੱਢਾ ਸਾਹਿਬ ਅਤੇ ਬਾਬਾ ਬੁੱਢਾ ਸਾਹਿਬ ਦੀ ਬੰਸ ਲਾਉਂਦੀ ਰਹੀ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪ ਕਲਗੀਧਰ ਪਾਤਸ਼ਾਹ ਨੇ ਗੁਰਤਾ ਗੱਦੀ ਦਾ ਤਿਲਕ ਲਾਇਆ। ਕਿਤੇ ਸਿੱਖ ਸ਼ੰਕਾ ਨੇ ਕਹਿਣ, ਤਾਂ ਸਿੱਖ ਤੋਂ ਲਵਾਤਾ ਸੀ ਮਹਾਰਾਜ, ਆਪਾਂ ਤਾਂ ਹੁਣ ਵੀ ਨਹੀਂ ਟਿਕਦੇ, ਅਤੇ ਜੇ ਕਿਤੇ ਮਹਾਰਾਜ ਆਪ ਗੁਰਤਾ ਗੱਦੀ ਦਾ ਤਿਲਕ ਲਾਇਆ। ਕਹਿੰਦੇ ਜੇ ਸੀ ਚੁੱਕਿਆ ਮੇਰਾ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਚੁੱਕਿਆ, ਕਲਗੀਧਰ ਪਾਤਸ਼ਾਹ ਕਹਿੰਦੇ ਸਾਰੀ ਜ਼ਿੰਦਗੀ ਮੇਰਾ ਸਿਰ ਕਿਸੇ ਅੱਗੇ ਨਹੀਂ ਚੁੱਕਿਆ। ਅਤੇ ਅੱਜ ਤੁਹਾਨੂੰ ਉਸ ਗੁਰੂ ਦੇ ਲੜ ਕੇ ਲਾ ਕੇ ਚੱਲਿਆ, ਤੁਸੀਂ ਗੁਰਤਾ ਗੱਦੀ ਦਿਵਸ ਮਨਾਓਗੇ, ਪ੍ਰਕਾਸ਼ ਦਿਵਸ ਮਨਾਓਗੇ, ਸੰਪੂਰਨਤਾ ਦਿਵਸ ਮਨਾਓਗੇ, ਪਰ ਜਿੰਨਾ ਚਿਰ ਸੰਸਾਰ ਹੈਗਾ ਖਾਲਸੇ ਨੂੰ ਗੁਰੂ ਗ੍ਰੰਥ ਸਾਹਿਬ ਦਾ ਜੋਤੀ ਜੋਤ ਸਮਾਉਣ ਦਿਵਸ ਨਹੀਂ ਮਨਾਉਣਾ ਪਵੇਗਾ। ਕਦੇ ਖਾਲਸੇ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿਛੋੜੇ ਦਾ ਦੁੱਖ ਨਹੀਂ ਚੱਲਣਾ ਪਏਗਾ। ਸ਼ਬਦ ਗੁਰੂ ਹੈ, ਅੱਜ ਸਾਇੰਸ ਵੀ ਕਹਿੰਦੀ ਸ਼ਬਦ ਕਦੇ ਖਤਮ ਨਹੀਂ ਹੁੰਦਾ। ਕਿਹੜੀ ਸਾਇੰਸ, ਉਹ ਤਾਂ ਅੱਜ ਗੱਲਾਂ ਕਰਦੇ ਫਿਰਦੇ ਜਿਹੜੇ ਸਾਡੇ ਗੁਰੂਆਂ ਨੇ ਪਹਿਲਾਂ ਹੀ ਸੈਂਕੜੇ ਸਾਲ ਹੀ ਸਾਇੰਸ ਦੱਸ ਦਿੱਤੀ ਹੈ, ਇਹ ਤਾਂ ਹੁਣ ਥੋੜ੍ਹਾ ਜਿਹਾ ਭੱਜਣ ਲੱਗਿਆ। ਸਾਰੀ ਸਾਇੰਸ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਲਿਖੀ ਹੋਈ ਹੈ। ਪਾਤਾਲਾਂ ਪਾਤਾਲ ਲੱਖ 550 ਸਾਲ ਪਹਿਲਾਂ ਗੁਰੂ ਨਾਨਕ ਕੋਲ ਕਿਹੜੀ ਸਾਇੰਸ ਸੀ? ਅਤੇ ਜੇ ਤੁਸੀਂ ਪੁੱਛੋ ਲਿਖੀ ਹੋਈ ਹੈ, ਸੱਚੇ ਅਤੇ ਪਵਨਾ ਪਿਆ। ਸਾਇੰਸ ਕਹਿੰਦੀ ਪਹਿਲਾਂ ਗੈਸਾਂ ਬਣੀਆਂ, ਫਿਰ ਪਾਣੀ ਬਣਿਆ, ਫਿਰ ਸੰਸਾਰ ਦੀ ਉਤਪਤੀ ਹੋਈ ਹੈ। ਗੁਰੂ ਮਹਾਰਾਜ ਕਹਿੰਦੇ ਨੇ ਸੱਚੇ ਅਤੇ ਪਵਨਾ ਪਿਆ, ਪਵਣੇ 'ਤੇ ਜਲ ਹੋਏ, ਜਲ 'ਤੇ ਤਿਰ ਪਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਪੂਰਾ ਉਹੀ ਹੁੰਦਾ ਜੀ, ਹਰ ਗੱਲ ਪੂਰੀ ਹੈ ਸਤਸੰਗ 'ਚ, ਡਾਕਟਰੀ, ਸਾਇੰਸ, ਸਮਾਜ, ਧਰਮ, ਕਿਸੇ ਪੱਖ ਤੋਂ। ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਥਾਪਿਆ, ਅਤੇ ਸਤਸੰਗ ਜੀ ਫਿਰ ਸਿੱਖ ਨੂੰ ਹੁਕਮ ਕੀਤਾ, ਜਦ ਸਿੱਖੀ ਦੇ ਸਿਧਾਂਤਾਂ ਨੂੰ ਆਂਚ ਆਵੇ ਤਾਂ ਫਿਰ ਸ਼ਹਾਦਤ ਦੇਣੀ ਹੈ। ਭਾਵੇਂ ਸ਼ਹੀਦੀ ਤਾਂ ਗੁਰੂ ਨਾਨਕ ਦੇ ਮਾਰਗ ਤੋਂ ਚੱਲ ਪਈ ਸੀ, ਭਾਈ ਤਾਰਾ ਗੁਰੂ ਨਾਨਕ ਦੇ ਮਾਰੇ ਵੇਲੇ ਸ਼ਹੀਦ ਹੋਇਆ,
ਜਦੋਂ ਇਮਨਾਬਾਦ ਅੱਗ ਲਾ ਦਿੱਤੀ ਬਾਬਰ ਨੇ, ਘਰ ਸਾੜੇ ਜਾ ਰਹੇ ਆ, ਲੋਕ ਸੜ ਰਹੇ ਆ, ਅਤੇ ਭਾਈ ਤਾਰਾ ਪਾਣੀ ਦੀਆਂ ਬਾਲਟੀਆਂ ਲੈ ਕੇ ਅੱਗ ਬੁਝਾਉਂਦਾ। ਫੜ ਲਿਆ ਬਾਬਰ ਨੇ, ਕਿਉਂ ਅੱਗ ਬੁਝਾਉਂਦਾ? ਮੇਰੇ ਗੁਰੂ ਦਾ ਹੁਕਮ ਹੈ, ਜ਼ੁਲਮ ਜਰਨਾ ਅਤੇ ਜ਼ੁਲਮ ਕਰਨਾ ਨਹੀਂ। ਜਿਉਂਦੇ ਨੂੰ ਅੱਗ ਵੀ ਸਾੜ ਕੇ ਸ਼ਹੀਦ ਕੀਤਾ ਸੀ ਭਾਈ ਤਾਰੇ ਨੂੰ। ਸ਼ਹਾਦਤ ਪਹਿਲੇ ਜਾਮੇ ਤੋਂ ਚੱਲ ਪਈ ਹੈ। ਅਤੇ ਪੰਜਵੇਂ ਪਾਤਸ਼ਾਹ ਨੇ ਹੁਕਮ ਕੀਤਾ, ਜਦ ਸਿੱਖੀ ਦੇ ਸਿਧਾਂਤਾਂ ਨੂੰ ਆਂਚ ਆਵੇ ਫਿਰ ਸ਼ਹਾਦਤ ਵੀ ਦੇਣੀ। ਕੋਈ ਆਪਣਾ ਮਸਲਾ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ। ਉਹ ਕਹਿੰਦਾ ਸੀ ਜਹਾਂਗੀਰ ਕੇ 50,000 ਰੁਪਈਆ ਗੁਰੂ ਦੀ ਗੋਲਕ ਦਾ ਖਜ਼ਾਨੇ 'ਚ ਜਮ੍ਹਾਂ ਕਰਾ ਦਿਓ। ਮਹਾਰਾਜ ਕਹਿੰਦੇ ਇੱਕ ਪੈਸਾ ਗੁਰੂ ਦੀ ਗੋਲਕ ਦਾ ਖਜ਼ਾਨੇ 'ਚ ਜਮ੍ਹਾਂ ਨਹੀਂ ਹੋਇਆ। ਅੱਜ ਕਿੱਥੇ ਜਾ ਰਿਹਾ ਤੁਹਾਨੂੰ ਜ਼ਿਆਦਾ ਪਤਾ ਸਾਡੇ ਨਾਲ। ਸਾਡਾ ਲਹਿਦਾ ਸੱਚੇ ਪਾਤਸ਼ਾਹ ਨੇ ਖਜ਼ਾਨਾ, ਰੋਜ਼ ਹੀ ਲੰਗਰ ਚੱਲ ਰਹੇ ਨੇ, ਰੋਜ਼ ਹੀ ਖਜ਼ਾਨੇ ਭਰੇ ਜਾ ਰਹੇ, ਪਰ ਅਸੀਂ ਝੋਲੀ ਚੱਕ ਬਣੇ ਹੋਏ ਹਾਂ। ਕਹਿੰਦਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਮੁਹੰਮਦ ਸਾਹਿਬ ਦੀ ਤਾਰੀਫ ਲਿਖੋ। ਮਹਾਰਾਜ ਕਹਿੰਦੇ ਬਾਦਸ਼ਾਹ ਅੱਜ ਤੂੰ ਮੁਹੰਮਦ ਸਾਹਿਬ ਦੀ ਤਾਰੀਫ ਲਿਖਾਉਂਦਾ, ਕੱਲ੍ਹ ਨੂੰ ਕੋਈ ਆਪਣੇ ਪਿਓ ਦਾ ਨਾਂ ਲਿਖਾਏਗਾ ਗੁਰੂ ਗ੍ਰੰਥ ਸਾਹਿਬ ਵਿੱਚ, ਇਹਦੇ 'ਚ ਇੱਕ ਅੱਖਰ ਨਾ ਕੱਢਿਆ ਜਾਏਗਾ ਅਤੇ ਨਾ ਲਿਖਿਆ ਜਾਏਗਾ। ਇਹ ਬਾਣੀ ਧੁਰਕੀ ਹੈ, ਕਿਸੇ ਦੀ ਬਾਣੀ ਨਹੀਂ ਹੈ। ਅਤੇ ਕਹਿੰਦਾ ਤੁਸੀਂ ਚੰਦੂ ਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਨਹੀਂ ਕੀਤਾ, ਗੁਰੂ ਨਾਨਕ ਦੇ ਘਰ ਦਾ ਸੰਬੰਧ ਨੀਵਿਆਂ ਨਾਲ ਹੈ, ਤੇਰਾ ਵਜੀਰ ਚਵਾਰਾ ਬਣਿਆ ਅਤੇ ਗੁਰੂ ਨਾਨਕ ਦੇ ਘਰ ਨੂੰ ਮੋਰੀ ਆਖਿਆ, ਸਿੱਖ ਗੁਰੂ ਘਰ ਦੀ ਤੁਹੀਨ ਸੁਣ ਨਹੀਂ ਸਕਦਾ ਸਾਸਨ, ਜੇ ਸੁਣਦਾ ਤਾਂ ਸਿੱਖ ਹੀ ਨਹੀਂ ਹੈ। ਗੁਰ ਕੀ ਨਿੰਦਾ ਸੁਣੇ ਨਾ ਕਾਨ, ਭੇਟ ਕਰੇ ਸੰਗ ਕਿਰਪਾਨ। ਅੱਜ ਅਸੀਂ ਆਪ ਹੀ ਅੱਗੇ ਪੋਸਟਾਂ ਕਰਕੇ ਸਿੱਖ ਧਰਮ ਦੀ ਨਿਖੇਧੀ ਕਰ ਰਹੇ ਹਾਂ। ਇਨਸਾਨ ਹੈ, ਭੁੱਲ ਜਾਣਾ ਇਹਦਾ, ਇਹਦੀ ਫਿਤਰਤ ਹੈ। ਜੋ ਕੋਈ ਪਾਠ ਕਰਦਾ ਨੀਂਦ ਆ ਸਕਦੀ ਹੈ, ਇਹ ਤਾਂ ਕਹਿੰਦੇ ਸੂਲੀ 'ਤੇ ਵੀ ਆ ਜਾਂਦੀ ਹੈ, ਤੁਸੀਂ ਗੱਡੀ ਚਲਾਉਂਦੇ ਉਦੋਂ ਨਹੀਂ ਮਿਟ ਜਾਂਦੇ, ਪਤਾ ਨਾਲੇ ਮਿਟਣ ਸਾਰ ਕਿੱਥੇ ਜਾਣਾ। ਹੁਣ ਉਠਾਇਆ ਨਹੀਂ, ਵੀਡੀਓ ਬਣ ਕੇ ਅੱਗੇ ਆ ਦੇਖੋ ਜੀ, ਅੱਗੇ ਨੂੰ ਦੱਬ ਕੇ ਕਰ ਦਿਓ, ਆਪਣਾ ਢਿੱਡ ਨੰਗਾ ਕਰੋ। ਸਿੱਖ ਕੀ ਹੋ ਰਿਹਾ, ਗਲਤੀਆਂ ਤਾਂ ਸਭ ਥਾਂ 'ਤੇ ਇਨਸਾਨ ਕਰਦੇ, ਮੰਦਰਾਂ 'ਚ ਵੀ, ਮਸੀਤਾਂ 'ਚ ਵੀ, ਚਰਚਾਂ ਵਿੱਚ। ਅੱਜ ਆਪਣੀ ਗੁਰੂ ਘਰ ਦੀ ਨਿਖੇਧੀ ਸਿੱਖ ਆਪ ਕਰ ਰਿਹਾ ਸਾਹਸਾ। ਭਰਾ ਮਾਰੂ ਜੰਗ ਚੱਲ ਗਿਆ, ਹਰ ਇੱਕ ਸਟੇਜ 'ਤੇ ਸਿੱਖ ਸਿੱਖ ਦੀ ਨਿਖੇਧੀ ਨਾ ਨਾ ਜਿੰਨਾ ਚਿਰ ਕਰੇ ਉਹਨੂੰ ਰੋਟੀ ਨਹੀਂ ਅਜਮਾਉਂਦੀ। ਉਹ ਕਹਿੰਦਾ ਅੱਜ ਮੈਂ ਗੁਰਮਤ ਦਾ ਪ੍ਰਚਾਰ ਕਰਕੇ ਆਇਆ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਕਿਸੇ ਦੀ ਨਿੰਦਿਆ ਕਰਦਾ ਉਹ ਸਿੱਖ ਵੀ ਨਹੀਂ ਹੁੰਦਾ। ਨਿੰਦਾ ਭਲੀ ਕਿਸੇ ਦੀ ਨਾ ਹੀ, ਮਨਮੁੱਖ ਮੁਗਧ ਕਰਨ। ਪ੍ਰਚਾਰਕ ਜਾਂ ਗੁਰਸਿੱਖ ਹੋਣਾ ਤਾਂ ਦੂਰ ਦੀ ਬਾਤ ਹੈ। ਮਹਾਰਾਜ ਕਹਿੰਦੇ ਮਨਮੁੱਖ ਅਤੇ ਮੂਰਖ ਬੰਦਾ ਅਤੇ ਫਿਰ ਗੁਰੂ ਦੀ ਝੂਰੀ 'ਚ ਬਹਿ, ਕਿਉਂਕਿ ਅੰਦਰ ਟਿਕਾ ਨਹੀਂ ਅਤੇ ਦੂਜੇ ਦਿਨ ਉਹਨੂੰ ਕਿਵੇਂ, ਉਹ ਤਾਂ ਉਹੀ ਜੋ ਪਵੇ ਭਾਂਡੇ ਵਿੱਚ ਵਸਤ ਸਾਹ ਨਿਕਲਿਆ। ਹੁਣ ਲੱਸੀ ਪਈ ਤਾਂ ਲੱਸੀ ਨਿਕਲੀ ਨਾ ਟੇਢਾ ਕੀਤਿਆਂ, ਹੁਣ ਅੰਦਰ ਤਾਂ ਜ਼ਹਿਰ ਭਰੀ ਪਈ ਅਤੇ ਨਿਕਲੇਗਾ ਕੀ ਅੰਦਰੋਂ ਬਾਈ, ਟਿਕਾ ਆ ਜਾਏਗਾ, ਨਹੀਂ ਨਹੀਂ ਆਉਣਾ ਨੇ। ਮਹਾਰਾਜ ਕਹਿੰਦੇ ਕੋਈ ਗੱਲ ਮਨਜ਼ੂਰ ਨਹੀਂ, ਸ਼ਹਾਦਤ ਮਨਜ਼ੂਰ ਹੈ। ਅਤੇ ਸਾਈਂ ਮੀਆਂ ਮੀਰ ਨੇ ਆਖਿਆ ਸੀ ਮਹਾਰਾਜ ਤੁਸੀਂ ਭਾਣੇ ਦਾ ਬੜਾ ਉਪਦੇਸ਼ ਦਿੰਦੇ ਹੋ, ਅਤੇ ਭਾਣਾ ਮੰਨਣਾ ਬੜਾ ਔਖਾ ਹੈ। ਮਹਾਰਾਜ ਕਹਿੰਦੇ ਪ੍ਰੈਕਟੀਕਲ ਦਿਖਾਵਾਂਗੇ ਤੁਹਾਨੂੰ, ਪ੍ਰੈਕਟੀਕਲ ਕਿਵੇਂ ਮੰਨੀਦਾ। ਇਕਾਦਸ਼ੀ ਦਾ ਦਿਨ ਜਦੋਂ ਸਿਖਰ 'ਤੇ ਆਪਣੇ ਦੇਸ਼ ਦੀ ਗੱਲ ਕਰ ਰਹੇ, ਇੱਥੇ ਤਾਂ ਪਤਾ ਨਹੀਂ, ਉੱਥੇ ਗਰਮੀ ਇੱਥੇ ਠੰਡ ਹੁੰਦੀ ਹੈ, ਉਦਣ ਸਿਖਰ 'ਤੇ ਗਰਮੀ ਹੁੰਦੀ ਹੈ ਇਕਾਦਸ਼ੀ ਵਾਲੇ ਦਿਨ, ਪੂਰੀ ਸਿਖਰ 'ਤੇ
ਉਸ ਦਿਨ ਤੋਂ ਫਿਰ ਕੱਟਣੀ ਸ਼ੁਰੂ ਹੋ ਜਾਂਦੀ। ਜਿੱਦਣ ਪੰਜਵੇਂ ਪਾਤਸ਼ਾਹ ਸ਼ਹਾਦਤ ਹੋਈ ਨਾ, ਤੱਤੀ ਤਵੀ 'ਤੇ ਬੈਠ ਕੇ ਰੇਤਾ ਪੈ ਰਿਹਾ ਸੀ। ਤਵੀ ਅੱਗ ਵਰਗੀ ਹੈ, ਰੇਤਾ ਅੱਗ ਵਰਗਾ, ਪਹਿਲਾਂ ਉੱਬਲਦੀ ਦੇਗ ਵਿੱਚ ਬਿਠਾਇਆ ਗਿਆ। ਛਾਲੇ ਛਾਲੇ ਸਰੀਰ ਹੈ ਅਤੇ ਛਾਲਿਆਂ 'ਤੇ ਰੇਤਾ ਅੱਗ ਵਰਗਾ, ਤਵੀ ਅੱਗ ਵਰਗੀ, ਧਰਤੀ ਅੱਗ ਵਰਗੀ, ਜੇਠ ਦੇ ਮਿਲ ਚੰਦੂ ਦਾ ਹਿਰਦਾ ਅੱਗ ਵਰਗਾ। ਆ ਕਈ ਦੋ ਕੁ ਕਿਤਾਬੀਆਂ ਪੜ੍ਹ ਕੇ ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਰਾਮਾਤ ਨਹੀਂ ਦਿਖਾਈ, ਚਾਹੁੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਰੀ ਦੁਨੀਆ ਦੀ ਅੱਗ ਠੰਡੀ ਕਰ ਦਿੰਦੇ। ਪਰ ਜਿਹੜੀ ਕਰਾਮਾਤ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਿਖਾਈ, ਦੁਨੀਆਂ 'ਚ ਕੋਈ ਦਿਖਾ ਨਹੀਂ ਸਕਿਆ। ਤਵੀ ਅੱਗ ਵਰਗੀ, ਰੇਤਾ ਅੱਗ ਵਰਗਾ, ਧਰਤੀ ਅੱਗ ਵਰਗੀ, ਚੰਦੂ ਦਾ ਹਿਰਦਾ ਅੱਗ ਵਰਗਾ, ਚਾਰ ਸਫੇਰੇ ਅੱਗ ਵਰ ਰਹੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕੋਈ ਤਪਾ ਨਹੀਂ ਸਕਿਆ। ਇਹੀ ਵਚਨ ਕਰ ਰਹੇ ਨੇ, ਮੀਤ ਕਰੇ ਸੋਈ ਹਮ ਮਾਨਾ, ਮੀਤ ਕਰੇ ਸੋਈ ਹਮ ਮਾਨਾ, ਕਰਦ ਬਬ ਮੁਸਲਮਾਨਾ, ਸੋਈ ਹਮ ਮਾਨਾ, ਮਿਤਕ ਕਰ ਤਬ ਕੁਸਲ ਸਮਾਨਾ। ਮੀਤ ਕਰ ਸੋਈ ਹਮ ਮਾਨਾ, ਮੀਤ ਕਰੇ ਸੋਈ ਹਮ ਮਾਨਾ, ਮੀਤ ਕਰੇ ਸੋਈ ਹਮ ਮਾਨਾ, ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗ। ਭਾਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਤਾ ਗੱਦੀ ਦੇ ਕੇ ਛੇਵੇਂ ਪਾਤਸ਼ਾਹ ਨੂੰ ਫਿਰ ਲਾਹੌਰ ਗਏ ਸੀ, ਤਸੀਹੇ ਦੇ ਕੇ ਸ਼ਹੀਦ ਕੀਤਾ ਅਤੇ ਹੁਕਮ ਕੀਤਾ ਸੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਹੁਣ ਮੀਰੀ ਅਤੇ ਪੀਰੀ ਦੋ ਇਕੱਠੇ ਕਰਨੇ ਆ, ਭਗਤੀ ਅਤੇ ਸ਼ਕਤੀ ਦਾ ਸੁਮੇਲ। ਜਿੱਦਣ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਦੁਸਹਿਰਾ ਭੋਗ ਸੀ, ਉੱਦਣ ਫਿਰ ਬਾਬਾ ਬੁੱਢਾ ਸਾਹਿਬ ਜੀ ਸਹੇਲੀ ਅਤੇ ਟੋਪੀ ਮਾਲਾ ਲੈ ਕੇ ਆਏ ਅਤੇ ਗੁਰੂ ਘਰ ਦੀ ਜੋ ਮਰਿਆਦਾ ਸੀ 5 ਪੈਸੇ ਨਾਰੀਅਲ, ਬਾਬਾ ਜੀ ਇਹ ਤੋਸੇ ਖਾਨੇ 'ਚ ਰੱਖ ਦਿਓ, ਸ਼ਾਂਤੀ ਦੀ ਹੱਦ ਹੋ ਜਾਏ ਜਿੱਥੇ ਉੱਥੋਂ ਵੀਰ ਰਸ ਪੈਦਾ ਹੁੰਦਾ ਸਾਧ ਸੰਗਤ, ਜਦੋਂ ਹੱਦ ਹੋ ਜਾਏ ਸ਼ਾਂਤੀ ਦੀ, ਕੋ ਹੱਥ ਜੋੜੇ ਅਤੇ ਨਾ ਮੰਨੇ, ਸਮਝਾਏ ਅਤੇ ਨਾ ਸਮਝੇ, ਫਿਰ ਮਹਾਰਾਜ ਕਹਿੰਦੇ ਸ਼ਸਤਰ ਨੂੰ ਹੱਥ ਪਾਉਣਾ ਧਰਮ ਹੈ, ਚੂੰਕਾ ਰਾਜਾ ਹਮਾ ਹੀਲ ਅਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਫਿਰ ਸ਼ਸਤਰ ਨੂੰ ਹੱਥ ਪਾਉਣਾ।
ਸਤਿਸੰਗ ਜੀ ਬਾਬਾ ਬੁੱਢਾ ਸਾਹਿਬ ਲੈ ਕੇ ਆਏ ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਹੁਣ ਦੋ ਤਲਵਾਰਾਂ। ਰਾਜੇ ਲੋਕ ਪਹਿਨਦੇ ਸੀ ਪਹਿਲਾਂ ਤਲਵਾਰ, ਅਕਬਰ ਕੋਲੋਂ ਹੀ ਹੁੰਦੀ ਸੀ, ਬਾਬਰ ਕੋਲ ਵੀ, ਹਮਾਇੂ ਕੋਲ ਵੀ, ਜਹਾਂਗੀਰ ਕੋਲ ਵੀ, ਅਕਬਰ ਕੋਲ, ਸ਼ਾਹਜਹਾਨ ਵੀ, ਔਰੰਗਜ਼ੇਬ ਵੀ ਤਲਵਾਰ ਰੱਖਦਾ। ਪਰ ਮੀਰੀ ਦੇ ਨਾਲ ਪੀਰੀ, ਪੀਰੀ ਦੀ ਕਿਰਪਾਨ ਵੱਡੀ ਹੈ ਅਤੇ ਮੀਰੀ ਦੀ ਛੋਟੀ ਅਕਾਲ ਤਖ਼ਤ ਸਾਹਿਬ ਦੀ। ਪੀਰੀ ਦੇ ਅਧੀਨ ਅਮੀਰੀ, ਪਰ ਅੱਜ ਸਤਿਸੰਗ ਜੀ ਰਾਜ ਅਤੇ ਧਰਮ ਇਕੱਠਾ ਕੀਤਾ ਸੀ ਮਾਰਨ, ਹੁਣ ਧਰਮ ਅਤੇ ਰਾਜ ਹੋ ਗਿਆ। ਰਾਜੇ ਲੋਕ ਧਾਰਮਿਕ ਸਥਾਨਾਂ 'ਤੇ ਕਾਬਜ ਨੇ, ਇੱਕ ਪਰਿਵਾਰ ਦਾ ਹੁਕਮ ਚੱਲ ਰਿਹਾ ਕੌਮ ਦੇ ਉੱਤੇ। ਉਹ ਕਾਲ ਤੱਕ ਜਿੱਥੇ ਇਮਲੀ ਨਾਲ ਸ਼ੇਰੇ ਪੰਜਾਬ ਨੂੰ ਬੰਨਿਆ ਜਾਂਦਾ, ਉਹ ਰਾਜਾ ਜਿਹਦੇ ਵਰਗਾ ਦੁਨੀਆਂ 'ਤੇ ਰਾਜਾ ਨਹੀਂ ਹੋਇਆ। ਕੀ ਸੀ? ਮੋਰਾਂ ਦਾ ਨਾਚ ਦੇਖਿਆ ਸੀ। ਸਿੱਖ ਹੋ ਕੇ ਨਾਚ ਦੇਖਦੇ, ਇਮਲੀ ਨਾਲ ਬੰਨ ਦਿਓ ਸ਼ੇਰੇ ਪੰਜਾਬ। ਅੱਜ ਵੀ ਉਹੀ ਸਿਧਾਂਤ ਨੇ, ਤੇਰੀ ਸੋਚ 'ਤੇ ਪਹਿਰਾ ਦਿਆਂਗੇ, ਠੋਕ ਕੇ ਦੇਈ ਚਲੋ ਵੀ ਅਜੇ ਵੀ ਜੇ ਮਾੜੀ ਮੋਟੀ ਕਸਰ ਰਹਿ ਗਈ ਉਹ ਵੀ ਨਿਕਲ ਜਾਏਗੀ। ਸ੍ਰੀ ਅਕਾਲ ਤਖ਼ਤ ਦੁਨੀਆਂ ਦੀਆਂ ਸਰਕਾਰਾਂ ਬਾਦਸ਼ਾਹੀਆਂ ਉੱਤੇ ਆ ਕੇ ਝੁਕਦੀਆਂ ਝੁਕਣੀਆਂ, ਅਤੇ ਅੱਜ ਅਸੀਂ ਹੱਥ ਜੋੜ ਰਹੇ। ਸਿਧਾਂਤ ਕੀ ਸੀ? ਮੀਰੀ ਅਤੇ ਪੀਰੀ, ਪੰਜ ਪ੍ਰਵਾਣੀ ਮਰਿਆਦਾ ਸਿਧਾਂਤ ਨਹੀਂ ਰਿਹਾ। ਪੰਜ ਪਿਆਰੇ ਘਰ ਚੱਲ ਕੇ ਜਾਂਦੇ ਆ, ਕਦੇ ਪੰਜ ਪਿਆਰੇ ਵੀ ਗਏ ਕਿਸੇ ਕੋਲ? ਪਤਾ ਨਹੀਂ ਆਪਣੇ ਅੰਦਰ ਸੱਚ ਬੋਲਣ ਦੀ ਤਾਕਤ ਨਹੀਂ ਰਹੀ। ਉਹੀ ਬੋਲੀ ਆਪਾਂ ਬੋਲੀ ਜਾ ਰਹੇ, ਮਗਰ ਰੋਜ਼ੀ ਰੋਟੀ ਤੇ ਆ ਕੇ ਖੜ ਗਿਆ ਅੱਜ ਸਾਡਾ। ਸਾਨੂੰ ਪ੍ਰਧਾਨ ਜੀ ਕਹਿੰਦੇ ਵੀ ਤੁਸੀਂ 8 ਵਜੇ ਸਮਾਪਤੀ ਕਰ ਦਿਓ, ਵੈਸੇ ਕਈ ਕਾਲੇ ਜੇ ਪਏ ਨੇ, ਕੀ ਪਤਾ ਭੋਗ ਪਾਉਂਦੇ ਹੀ ਨਹੀਂ ਅੱਜ ਲੱਗਦਾ, ਅਤੇ ਕਈ ਵਿਚਾਰੇ ਉੱਠ ਉੱਠ ਕੇ ਜਾਣ ਵੀ ਲੱਗ ਪਏ, ਇਹਨਾਂ ਦਾ ਕੀ ਲੱਗਦਾ? ਕੋਈ ਨਹੀਂ ਭਾਈ, ਜਿਹਨੇ ਜਾਣਾ ਜਾ ਸਕਦੇ ਹੋ, ਪਰ ਆਹੀ ਸਮਾਂ ਲਿਖੇ ਪੈਣਾ, ਕਿਸੇ ਨੇ ਨਹੀਂ ਰਾਤ ਕੱਟਣ ਦੇਣੀ। ਉੱਥੇ ਭੱਜ ਭੱਜ ਕੇ ਜਾਂਦੇ ਨਾ ਜਿੱਧਰ ਨੂੰ ਆਪ। ਸੋ ਬੇਨਤੀ ਕਰੀਏ ਸਤਿਸੰਗ ਜੀ, ਜਦੋਂ ਸ਼ਾਂਤੀ ਦੀ ਹੱਦ ਹੋਈ ਫਿਰ ਗੁਰੂ ਨਾਨਕ ਦੇ ਘਰ 'ਚ ਮੀਰੀ ਅਤੇ ਪੀਰੀ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਹੋਈ, ਕੌਮ ਦਾ ਤਖ਼ਤ ਵੱਖਰਾ ਹੁੰਦਾ। ਸ੍ਰੀ ਅਕਾਲ ਤਖ਼ਤ ਕਿਹਦਾ? ਅਕਾਲ ਦਾ ਤਖ਼ਤ। ਜਿਹਨੂੰ ਕਿਸੇ ਮਿਸਤਰੀ ਨੇ ਇੱਟਾਂ ਨਹੀਂ ਲਾਈਆਂ, ਕੋਈ ਕਾਰੀਗਰ ਨੇ ਚੂਨਾ ਨਹੀਂ ਰਗੜਿਆ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢਾ ਆਉ ਗੁਰਦਾਸ ਬਣਾਇਓ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਛੇਵੇਂ ਪਾਤਸ਼ਾਹ ਨੇ, ਬਾਬਾ ਬੁੱਢਾ ਸਾਹਿਬ ਅਤੇ ਭਾਈ ਗੁਰਦਾਸ ਜੀ ਨੇ ਚੂਨਾ ਰਗੜਿਆ, ਇੱਟਾਂ ਲਾਈਆਂ, ਕੋਈ ਮਜ਼ਦੂਰ ਕੋਈ ਕਾਰੀਗਰ ਨਹੀਂ ਲੱਗਿਆ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇੱਟਾਂ ਲਾਉਣ ਵਾਸਤੇ। ਤਖ਼ਤ ਦੀ ਸਥਾਪਨਾ ਹੋਈ, ਸਾਹਮਣੇ ਹਰਿਮੰਦਰ ਸਾਹਿਬ ਦੇ ਵਿੱਚ ਰੱਬੀ ਬਾਣੀ ਦਾ ਕੀਰਤਨ ਹੁੰਦਾ, ਇੱਧਰ ਅਕਾਲ ਤਖ਼ਤ ਸਾਹਿਬ ਉੱਤੇ ਫਿਰ ਢਾਡੀ ਵਾਰਾਂ, ਸ਼ਾਂਤੀ ਅਤੇ ਬੀਰਸ। ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ 'ਚ ਬੀਰਸ ਨਹੀਂ ਹੈ, 22 ਵਾਰਾਂ ਦਰਜ ਨੇ ਗੁਰੂ ਗ੍ਰੰਥ ਸਾਹਿਬ ਮਰ ਦੇ ਵਿੱਚ 22 ਵਾਰਾਂ, ਅਤੇ ਵਾਰਾਂ ਢਾਡੀ ਸਿੰਘ ਗਾਉਂਦੇ ਆ,
ਅਤੇ ਵਾਰ ਬੇਰਸ ਚ ਗਾਈ ਜਾਂਦੀ ਹੈ ਅਤੇ ਹਰ ਇੱਕ ਵਾਰ ਦੀ ਉੱਤੇ ਧੁਨੀ ਲਿਖੀ ਹੋਈ ਹੈ, ਟੁੰਡੇ ਅਸ ਰਾਜਾ ਕੀ ਧੁਨੀ, ਆਸਾ ਜੀ ਦੀ ਵਾਰ ਇਸ ਧੁਨੀ 'ਚ ਗਾਉਣੀ ਹੈ। ਲੱਲਾ ਬਹਿਲੀਮਾ ਕੀ ਧੁਨੀ ਬੀਰਸ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਕਹਾਓ, ਖੇਤ ਜੋ ਮਾਂਡਿਓ ਸੂਰਮਾ ਆਪ ਜੂਜਨ ਕੋ ਦਾਓ, ਗੁਰੂ ਗ੍ਰੰਥ ਸਾਹਿਬ ਦੇ ਬਚਨੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਇਤਿਹਾਸ ਪੜ੍ਹੋ ਗੁਰੂ ਗ੍ਰੰਥ ਸਾਹਿਬ ਦੀ ਹਰ ਪੰਗਤੀ ਵਿੱਚ ਇਤਿਹਾਸ। ਅਸੀਂ ਜੀ ਅੱਜ ਕਥਾ ਨਹੀਂ ਸੁਣਨੀ ਸਾਖੀ, ਅਸੀਂ ਤਾਂ ਬਾਣੀ ਦੀ ਵਿਚਾਰ ਸੁਣਨੀ ਹੈ। ਬਾਣੀ ਦੀ ਹਰ ਪੰਗਤੀ ਵਿੱਚ ਇਤਿਹਾਸ ਹੈ, ਹਰ ਇੱਕ ਪੰਗਤੀ 'ਚ ਕਥਾ ਹੈ। ਉਹ ਲਹਿਦਾ ਗਾ ਮੇਰੇ ਵਰਗਾ ਨਹੀਂ ਪੜ੍ਹਿਆ, ਉਹ ਲਹਿਦਾ ਗੱਲ ਹੈ। ਬਸ ਬਾਣੀ ਦੀ ਹਰ ਪੰਗਤੀ 'ਚੋਂ ਥਾਨਕ ਹੈ, ਕਿੱਥੇ ਸ਼ਬਦ ਉਚਾਰਿਆ, ਕਿਹਨੂੰ ਉਪਦੇਸ਼ ਦਿੱਤਾ। ਹਰ ਇੱਕ ਬਾਣੀ ਦਾ ਸ਼ਬਦ ਕਿਸੇ ਇੱਕ ਨੂੰ ਉਪਦੇਸ਼ ਦਿੱਤਾ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨਾ, ਗੁਰਮੁਖ ਹੋਏ ਸੋ ਭਾਉ ਕਰੇ ਆਪਣਾ ਪਛਾਣੈ। ਇੱਕ ਨੂੰ ਉਪਦੇਸ਼ ਦੇ ਕੇ ਸਾਰੇ ਸੰਸਾਰ ਨੂੰ ਸਮਝਾਇਆ। ਸੋ ਕਾਲ ਤਖਤ ਦੀ ਸਥਾਪਨਾ ਹੋਈ, ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਜਾਓ ਭਾਈ ਬਿਧੀ ਚੰਦ ਢਾਡੀ ਸਿੱਖ ਲੈ ਕੇ ਆਓ। ਸੁਰ ਸਿੰਘ ਨਗਰ ਭਾਈ ਬਿਧੀ ਚੰਦ ਜੀ ਦਾ, ਜਿਸ ਇੱਕ ਨਗਰ ਦੇ 52 ਸਿੱਖ ਛੇਵੇਂ ਪਾਤਸ਼ਾਹ ਦੀ ਫੌਜ ਵਿੱਚ ਭਰਤੀ ਹੈ। ਇੱਕ ਪਿੰਡ ਦੇ 52 ਸਿੱਖ, ਅਤੇ ਲੈਂਦੇ ਕੀ ਸੀ, 6 ਮਹੀਨਿਆਂ ਬਾਅਦ ਬਾਣਾ, 2 ਟਾਈਮ ਦਾ ਪ੍ਰਸ਼ਾਦਾ, ਇੱਕੋ ਹੀ ਚਾਹ ਕਿ ਗੁਰੂ ਦੀ ਖੁਸ਼ੀ ਲੈ ਕੇ ਜਨਮ ਸਫਲਾ ਕਰ ਲਓ। ਅਤੇ ਭਾਈ ਬਿਧੀ ਚੰਦ ਜੀ ਢਾਡੀ ਸਿੱਖ ਲੈ ਕੇ ਆਏ। ਸਿੰਘ ਤਾਂ ਕਲਗੀਧਰ ਪਾਤਸ਼ਾਹ ਨੇ ਸਾਜੇ ਨਾ, ਭਾਈ ਨੱਥਾ ਅਤੇ ਭਾਈ ਅਬਦੁੱਲਾ 2 ਢਾਡੀ ਸਿੱਖ ਆਏ। ਉੱਧਰ ਕੀਰਤਨ ਰੱਬੀ ਬਾਣੀ ਦਾ, ਇੱਥੇ ਢਾਡੀ ਵਾਰ। ਅਤੇ ਪਹਿਲੀ ਵਾਰ ਪੜ੍ਹੀ ਉਹਨਾਂ ਨੇ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਅਜਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਮੀਰੀ ਅਤੇ ਪੀਰੀ ਦੀਆਂ 2 ਤਲਵਾਰਾਂ ਪੈਂਦੀਆਂ ਛੇਵੇਂ ਪਾਤਸ਼ਾਹ ਮਹਾਰਾਜ। ਹੁਕਮ ਕੀਤਾ, ਹੁਣ ਜਿਹਨੇ ਸਾਡੀ ਖੁਸ਼ੀ ਲੈਣੀ ਹੈ ਉਹ ਮਾਇਆ ਅਤੇ ਵਸਤਰ ਲੈ ਕੇ ਨਾ ਆਵੇ, ਚੰਗਾ ਘੋੜਾ ਕੀਮਤੀ, ਚੰਗਾ ਸ਼ਸਤਰ ਅਤੇ ਜਵਾਨ ਪੁੱਤਰ ਸਾਡੀ ਫੌਜ ਵਿੱਚ ਭਰਤੀ ਕਰਾਵੇ ਜਿਹਨੇ ਸਾਡੀਆਂ ਖੁਸ਼ੀਆਂ ਲੈਣੀਆਂ। ਫਿਰ ਸਿੱਖਾਂ ਨੇ ਮੱਖਣ ਖਵਾ ਖਵਾ ਕੇ ਪੁੱਤਰ ਪਾਲੇ, ਮਾਰਾ ਦੀ ਫੌਜ ਵਿੱਚ ਭਰਤੀ ਕਰਾਏ। ਗ੍ਰਿਸ਼ਤੀ ਨੂੰ ਸਭ ਤੋਂ ਪਿਆਰਾ ਪੁੱਤਰ ਹੁੰਦਾ ਹੈ, ਪਰ ਗੁਰੂ ਦੀ ਖੁਸ਼ੀ ਵਾਸਤੇ ਫਿਰ ਸਿੱਖਾਂ ਨੇ ਆਪਣੇ ਪੁੱਤਰ ਭਰਤੀ ਕਰਾਏ। ਉਹ ਘੋੜੇ ਲੈ ਕੇ ਆਉਂਦੇ ਸੀ ਮਹਾਰਜ ਵਾਸਤੇ ਜਿਹੜੇ ਬਾਦਸ਼ਾਹ ਕੋਲ ਨਹੀਂ ਸੀ ਹੁੰਦੇ, ਉਹ ਵਸਤੂਆਂ, ਉਹ ਦਿਸ਼ਾਲੇ, 60,000 ਦੇ 4 ਮਾਲੇ, 4 ਦਿਸ਼ਾਲੇ। ਉਦੋਂ ਦਾ 60,000 ਅੱਜ ਨੂੰ 60 ਕਰੋੜ ਕਹਿ ਲਓ, ਭਾਵੇਂ ਜਿੰਨਾ ਮਰਜ਼ੀ ਕਰੀ ਜਾਓ। ਲਓ ਜੀ ਰੁਮਾਲੇ ਬੜੇ ਕੀਮਤੀ ਆਉਂਦੇ, ਤੇਰੇ ਢਿੱਡ ਦੁਖਦਾ ਜੇ ਰੁਮਾਲੇ ਮਹਾਰਾਜ ਵਾਸਤੇ ਲੈ ਕੇ ਆਉਂਦਾ ਕੋਈ। ਇਹ ਤਾਂ ਸਿੱਖ ਦੀ ਭਾਵਨਾ ਹੈ, ਗੋਲਕ 'ਚ ਮਾਇਆ ਨਾ ਜੀ ਪਾਓ, ਗਰੀਬਾਂ ਦੇ ਮੂੰਹ 'ਚ ਪਾਓ ਜਾ ਕੇ। ਅੱਛਾ ਸਾਧ ਸਿੰਘ ਜੀ, ਬੇਨਤੀ ਹੈ, ਜਿਹੜੇ ਗੱਲ ਕਹਿੰਦੇ ਨੇ ਉਹ ਕਦੀ ਗਰੀਬ ਦੇ ਮੂੰਹ 'ਚ ਕਦੀ ਨਹੀਂ ਕੁਛ ਪਾਉਂਦੇ। ਇਹ ਗੁਰੂ ਘਰ ਏਸੀ ਨਾਲ ਜੀ ਲਾਓ, ਪੱਖੇ ਨਾਲ ਲਾਓ, ਉਹਨੂੰ ਪੁੱਛ ਕੇ ਉੱਠ ਕੇ ਪੁੱਛ ਲਿਆ ਕਰੋ ਕਿ ਭਾਈ ਸਾਹਿਬ ਤੁਸੀਂ ਕਿੰਨਿਆਂ ਘਰਾਂ 'ਚ ਪੱਖੇ ਲਾਏ ਆ, ਇੱਕ ਵੀ ਨਹੀਂ ਲਾਇਆ ਹੁੰਦਾ ਉਹਨਾਂ ਨੇ। ਇਹ ਸਿੱਖ ਦੀ ਭਾਵਨਾ, ਕਦੇ ਖਾਲੀ ਹੱਥ ਆ ਹੀ ਨਹੀਂ ਸਕਦਾ। ਕਹਿਣਾ ਤਾਂ ਇਹ ਚਾਹੀਦਾ ਵੀ ਤੇਰੇ ਗੁਆਂਢ ਵਿੱਚ ਕੋਈ ਗਰੀਬ ਹੈ, ਲੋੜਵੰਦ ਹੈ, ਉਹਦੀ ਮਦਦ ਕਰ, ਸਮਝ ਗੁਰੂ ਘਰ ਦੀ ਸੇਵਾ ਹੀ ਹੈ।
ਪਰ ਗੋਲਕ ਦੇ ਵਿੱਚ ਸਿੱਖ ਕਦੇ ਖਾਲੀ ਹੱਥ ਆ ਹੀ ਨਹੀਂ ਸਕਦਾ। ਜਿਹੜੇ ਗੁਰੂ ਨੇ ਸਾਰਾ ਕੁਝ ਦਿੱਤਾ ਉੱਥੇ ਕਿਵੇਂ ਖਾਲੀ ਆ ਸਕਦਾ। ਲੰਗਰ ਚੱਲ ਰਹੇ ਨੇ, ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਹੋਈਆਂ, ਗੁਰੂ ਘਰ ਦਾ ਪ੍ਰਬੰਧ ਚੱਲ ਰਿਹਾ। ਅੱਜ ਸਾਡੇ ਲੱਗੇ ਪਏ ਨੇ ਕਮਰ ਕਿਸੇ ਕਰਕੇ ਉਲਟ ਚੱਲ ਪਏ ਨੇ। ਗੁਰਮਤ ਹੋਈ ਨਾ ਉਹਨਾਂ ਦੀ ਆਪਣੀ। ਤੋ ਸਾਧ ਸੰਗਤ ਜੀ ਹੁਕਮ ਕਰਤਾ ਵੀ ਜਿਹਨੇ ਸਾਡੀਆਂ ਖੁਸ਼ੀਆਂ ਲੈਣੇ, ਜਵਾਨ ਪੁੱਤਰ, ਵਧੀਆ ਘੋੜਾ, ਵਧੀਆ ਸ਼ਸਤਰ। ਫਿਰ ਮਹਾਰਾਜ ਨੇ ਸ਼ਸਤਰ, ਵਿੱਦਿਆ, ਘੋੜ ਸਵਾਰੀ, ਤੀਰ ਅੰਦਾਜ਼ੀ ਚਾਰ ਜੰਗ ਕੀਤੇ। ਮਹਾਰਾਜ ਕੀਤੇ ਜੰਗ ਕਰਨ ਨਹੀਂ ਗਏ, ਜਿਹੜਾ ਚੜ੍ਹ ਕੇ ਆਇਆ ਗੁਰੂ ਘਰ 'ਤੇ ਲਾਹ ਕੇ ਕੱਲਿਆ। ਦਸਵੇਂ ਪਾਤਸ਼ਾਹ ਵੀ ਕਿਸੇ 'ਤੇ ਚੜ੍ਹਾਈ ਕਰਕੇ ਨਹੀਂ ਗਏ, 14 ਜੰਗ ਕੀਤੇ ਉਹਨਾਂ ਨੇ। ਜਿਹੜਾ ਤੁਹਾਡੇ ਘਰ 'ਤੇ ਚੜ੍ਹ ਕੇ ਆ ਗਿਆ ਉਹਦੇ ਅੱਗੇ ਹੱਥ ਜੋੜਨਾ ਵੀ ਪਾਪ ਹੈ ਅਤੇ ਚੜ੍ਹ ਕੇ ਜਾਣਾ ਵੀ ਪਾਪ ਹੈ। ਜਿਹੜਾ ਚੜ੍ਹ ਕੇ ਆਇਆ ਲਾਹ ਕੇ ਕੱਲਿਆ। ਨਾ ਛੇਵੇਂ ਪਾਤਸ਼ਾਹ ਨੇ ਚੜ੍ਹਾਈ ਕੀਤੀ ਕਿਸੇ 'ਤੇ ਅਤੇ ਨਾ ਦਸਵੇਂ ਪਾਤਸ਼ਾਹ ਨੇ। ਨਾ ਜਰ ਜੋਰੂ ਜ਼ਮੀਨ ਵਾਸਤੇ ਜੰਗ ਹੋਇਆ, ਧਰਮ ਯੁੱਧ ਹੋਏ ਜ਼ੁਲਮ ਦੇ ਨਾਸ਼ ਕਰਨ ਵਾਸਤੇ। ਇਹ ਸਾਡੇ ਸੁਨਹਿਰੀ ਸਿਧਾਂਤ, ਅਤੇ ਜਿੱਥੇ ਸਿਮਰਨ ਕਰਨਾ ਉੱਥੇ ਸ਼ਾਸਤਰ ਵੀ ਰੱਖਣਾ। ਸ਼ਾਸਤਰ ਵਿਹੂਨ ਕਬੂ ਨਾ ਹੋਏ। ਉਹਨਾਂ ਲੋਕਾਂ ਨੂੰ ਮਾਰ ਪੈਂਦੀ ਹੈ ਜਿਹੜੇ ਸ਼ਾਸਤਰ ਨੂੰ ਭੁੱਲ ਜਾਂਦੇ, ਜਿਹੜੇ ਸ਼ਾਸਤਰ 'ਤੇ ਭਰੋਸਾ ਰੱਖਦੇ ਆ ਉਹਨਾਂ ਨੂੰ ਕਦੇ ਮਾਰ ਨਹੀਂ ਪੈਂਦੀ। ਸਾਧ ਸੰਗਤ, ਸੂਰਬੀਰ ਕੌਮਾਂ ਦੀ ਨਿਸ਼ਾਨੀ ਹੈ। ਉਹਨਾਂ ਦੇ ਬੱਚਿਆਂ ਦੇ ਖਿਡੌਣੇ ਵੀ ਸ਼ਾਸਤਰੀ ਹੁੰਦੇ ਆ। ਪਲਾਸਟਿਕ ਦੇ ਪਿਸਤੌਲ ਚੱਕੀ ਫਿਰਦੇ ਹੁੰਦੇ ਆ, ਰਬੜ ਦੀਆਂ ਗੰਨਾਂ ਲਈ ਫਿਰਦੇ ਆ ਬੱਚੇ ਛੋਟੇ ਛੋਟੇ, ਉਹਨਾਂ ਦੇ ਖੂਨ ਦੇ ਵਿੱਚ। ਇਸ ਕਰਕੇ ਸਾਨੂੰ ਬੜੇ ਸੁਨਹਿਰੀ ਸਿਧਾਂਤ ਬਖਸ਼ੇ ਆ ਮਹਾਰਾਜ ਨੇ। ਜਿਨ ਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨੋ। ਇਹ ਨਹੀਂ ਲੰਗਰ ਬੜਾ ਚੱਲਿਆ, ਕਥਾ ਕੀਰਤਨ ਵੀ ਬੜਾ ਹੋਇਆ, ਚੰਗੀ ਗੱਲ ਹੈ। ਪਰ ਜੋ ਸਾਨੂੰ ਸਿਧਾਂਤ ਦਿੱਤੇ ਆ, ਜੋ ਹੁਕਮ ਕੀਤਾ ਆਪਾਂ ਨੂੰ, ਉਹਨੂੰ ਧਾਰਨ ਕਰਨਾ। ਬਾਣੀ ਅਤੇ ਬਾਣੇ ਦੇ ਧਾਰਨੀ ਹੋਈਏ, ਗੁਰੂ ਮਹਾਰਾਜ ਦੇ ਦੱਸੇ ਸੂਲਾਂ 'ਤੇ ਚੱਲ ਕੇ ਆਪਣਾ ਜਨਮ ਸਫਲਾ ਕਰੀਏ। ਧੰਨਵਾਦ ਗੁਰੂ ਕੀ ਸੰਗਤ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ, ਪ੍ਰਬੰਧਕ ਵੀਰਾਂ ਦਾ। ਜਦੋਂ ਵੀ ਇੱਥੇ ਹਾਜ਼ਰੀ ਭਰਨ ਵਾਸਤੇ ਇਸ ਗੁਰੂ ਘਰ ਦੇ ਵਿੱਚ ਸੰਗਤ ਦੇ ਦਰਸ਼ਨ ਕਰਨ ਆਈਦਾ, ਗੁਰੂ ਕਿਰਪਾ ਕਰੇ ਆਪਾਂ ਗੁਰੂ ਦੇ ਉਪਦੇਸ਼ 'ਤੇ ਚੱਲ ਕੇ ਆਪਣਾ ਜਨਮ ਸਫਲਾ ਕਰ ਸਕੀਏ। ਛੇਵੇਂ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਦੇ ਪੁਰਬ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਖਿਮਾ। ਅਨੰਦ ਸਾਹਿਬ ਦੇ ਪਾਠ ਵਿੱਚ ਹਾਜ਼ਰੀ ਲਾਈਏ, ਫਿਰ ਅਰਦਾਸ ਹੁਕਮਨਾਮਾ ਸਾਹਿਬ ਸਰਵਣ ਕਰਕੇ ਅਗਲੀਆਂ ਬੇਨਤੀਆਂ ਗੁਰਮੁਖ ਪਿਆਰੇ ਆਪ ਨੂੰ ਬੇਨਤੀਆਂ ਕਰਨਗੇ ਜੀ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਦੇ ਸੁਖਾਸਨ ਦੀ ਸੇਵਾ ਹੁੰਦਿਆਂ ਤੱਕ ਭਾਵਨਾ ਅਤੇ ਸ਼ਰਧਾ ਗੁਰੂ ਪ੍ਰਤੀ। ਜਦੋਂ ਮਹਾਰਾਜ ਸੁਖਾਸਨ ਸਥਾਨ 'ਤੇ ਜਾਣਗੇ ਫਿਰ ਸੰਗਤਾਂ ਨੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਅਹੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ,
ਨਾਲ ਰਹੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਮਨ ਮੇਰੇ ਸਦਾ ਰਹੁ ਹਰ ਨਾਲੇ ਸਦਾ ਸਿਵਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਦੁੱਖਾਂ ਸਭ ਗਵਾਈਆਂ ਕਹਿ ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਵਸ ਕੀਤੇ ਕਾਲ ਕੰਚ ਕੁਮਾਰਿਆ ਆਨੰਦ ਸੁਣੋ ਵੱਡ ਭਾਗਿਓ ਸਗਲ ਮਨੋਰਥ ਪੂਰੇ ਸਾਜਨ ਭਏ ਸਰਤੇ ਪੂਰੇ ਗੁਰ ਤੇ ਜਾਣੀ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਤ ਮਾਤ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੂੰ ਠਾਕਰ ਤੁਮ ਸਗਲ ਸਮਗਰੀ ਤੁਮਰੈ ਕਰਤਾਰੀ ਤੁਮ ਤੇ ਹੋਏ ਸੋ ਸਾਰਿਆ ਕਾਰ
ਤੁਮਰੀ ਗਤ ਮਿਤ ਤੁਧਿਆ ਗੇ ਅਰਦਾਸ ਹਮਾਰੀ ਜੀਓ ਕਹੁ ਨਾਨਕ ਸਭ ਬੋਲੋ ਜੀ ਬੋਲੋ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੌਣ ਦੇ ਆਵੇ ਧਾਈ ਸਭ ਥਾਈ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹੀਆਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਅੰਤਰ ਕੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਏ ਤੇ ਗਵਾਹੀ ਦੇ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਂਤਰ ਕੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹਿਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਪੁੱਠੀਆਂ ਕੱਲਾਂ ਲੁਹਾਈਆਂ ਦੇਗਾਂ 'ਚ ਉਬਾਲੇ ਗਏ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਂਤਰ ਕੀ ਬੋਲੋ ਜੀ ਪੰਜਾਂ ਤਖਤਾਂ ਸਰਵੱਤਰ ਗੁਰਦੁਆਰਿਆਂ ਦਾ ਧਿਆਂਤਰ ਕੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਦਕਾ ਸਦਾ ਸੁਗੋਏ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਬੋਲੋ ਜੀ ਸਿੱਖਾਂ ਨੂੰ ਬਖਸ਼ੋ ਜੀ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ ਧਰਮ ਕਾ ਜੈ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਤੇ ਸਦਾ ਸਹਾਈ ਦਾ ਤਾਰ ਜੀਓ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੀ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੀ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਹਾਜ਼ਰ ਨਾਜ਼ਰ ਚੌਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ
ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਸਤਿਗੁਰੂ। ਧੰਨ ਧੰਨ ਬਾਬਾ ਦੀਪ ਸਿੰਘ ਜੀਆਂ ਦੇ ਅਸਥਾਨਾਂ 'ਤੇ ਸਤਿਗੁਰੂ ਸੰਧਿਆ ਵੇਲੇ ਦੀ ਦੀਵਾਨ ਸੱਜੀ ਸੱਜੇ ਹੋਏ ਦੀਵਾਨਾਂ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਚੌਪਈ ਦੇ ਪਾਠ, ਸੋਦਰ ਰਹਿ ਰਾਸ ਦਾ ਪਾਠ, ਉਪਰੰਤ ਸ਼ਬਦ ਕੀਰਤਨ, ਸ਼ਬਦ ਵਿਚਾਰ ਹੋਈ ਸਤਿਗੁਰੂ ਜੀ। ਗੁਰਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਵਕ ਹਨ। ਸਤਿਗੁਰੂ ਜੀ ਆਪ ਬਖਸ਼ੰਦ ਪਿਤਾ ਹੋ, ਬਖਸ਼ ਲੈਣਾ ਅੱਗੇ ਤੋਂ ਸ਼ੁੱਧ ਬਾਣੀ ਸ਼ੁੱਧ ਸੇਵਾ ਕਰਨ ਦੇ ਬਲ ਬਖਸ਼ਿਸ਼ ਕਰਨੀ। ਆਈਆਂ ਸੰਗਤਾਂ ਦੀ ਹਾਜ਼ਰੀ ਲਾਉਣੀ, ਤਿਲ ਫੁੱਲ ਭੇਟਾ ਪ੍ਰਵਾਨ ਕਰਨੇ, ਕਦਮ ਕਦਮ ਲੇਖੇ ਲਾਉਣਾ, ਦਰੋਂ ਕਰੋਂ ਗੁਰਸਿੱਖੀ ਸਿਦਕ ਭਰੋਸਾ, ਨਾਮ ਦਾਨ ਇਸ਼ਨਾਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜੀ। ਆਪ ਜੀ ਦੇ ਹਜ਼ੂਰ ਭਾਈ ਮਨਮੋਹਨ ਸਿੰਘ ਅਤੇ ਬੀਬੀ ਬਲਵਿੰਦਰ ਕੌਰ ਵੱਲੋਂ ਪੋਤਰੇ ਦੀ ਦਾਤ ਬਖਸ਼ੀ, ਸਤਿਗੁਰੂ ਪਾਤਸ਼ਾਹ ਜੀ ਉਹ ਚੜ੍ਹਦੀ ਕਲਾ ਦੇ ਪੈਰੇ ਬੱਚੇ ਨੂੰ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਲਮੇਰੀ ਉਮਰ ਬਖਸ਼ਿਸ਼ ਕਰਨੀ ਸਤਿਗੁਰੂ ਜੀ। ਆ ਤਿੰਨਾਂ ਪ੍ਰੇਮੀਆਂ ਵੱਲੋਂ ਲੰਗਰ ਦੀਆਂ ਰਸਤਾਂ ਬਸਤਾਂ, ਦੇਗ ਦੀਆਂ ਰਸਤਾਂ ਬਸਤਾਂ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਹਾਜ਼ਰ ਕੀਤੀਆਂ, ਤਿੰਨਾਂ ਦੀ ਅਰਦਾਸ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਤਿਆਰ ਹੈ, ਦੇਗ ਤਿਆਰ ਕਰਦਿਆਂ ਭੁੱਲਾਂ ਬਖਸ਼ ਲੈਣੀਆਂ। ਕਰੀ ਪਾਕ ਸਲ ਸੋਚ ਪਵਿੱਤਰਾ, ਹੁਣ ਲਾਓ ਭੋਗ ਹਰ ਰਾਏ, ਭੋਗ ਲਾਓ ਸੰਗਤ ਵਿੱਚ ਅਤੁੱਟ ਹੋ ਕੇ ਵਰਤੇ। ਹੁਣ ਆਪ ਆਪਣੇ ਪਾਵਨ ਹੁਕਮਨਾਮੇ ਬਖਸ਼ਿਸ਼ ਕਰੋ ਜੀ, ਹੁਕਮਨਾਮੇ 'ਤੇ ਚੱਲਣ ਦੀ ਬਲਬਦ ਬਖਸ਼ਿਸ਼ ਕਰੋ ਜੀ। ਸਹੀ ਪਿਆਰੇ ਮੇਲੋ ਜਿਨ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਦੋਹਰਾ ਆ ਗਿਆ ਪਈਆ ਕਾਲ ਕੀ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ। ਤਵਾਰ ਹੋਏ ਸਭ ਮਿਲੇਗੇ, ਵਾਹਿਗੁਰੂ ਨਾਮ। ਜੋ ਸ਼ਰਧਾ ਕਰ ਸੇਵਦੇ, ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ
ਮੂਰਤ ਹਰ ਗੋਬਿੰਦ ਸਵਾਰੀ। ਦੀਨ ਦੁਨੀ ਦਾ ਪਾਤਸ਼ਾਹ 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 ਅਡੋਲਾ, ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ, ਦਰਸ਼ਨ ਪਰਸਿਐ ਗੁਰੂ ਕੈ ਹੋਵੈ ਸਿਫਤ ਖਸਮ ਦੀ ਨੂਰ, ਤੁਧ ਡਿਠੇ ਸੱਚੇ ਪਾਤਸ਼ਾਹ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂਦ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ, ਹਰ ਜੀਉ ਸ਼ਬਦੇ ਜਪਦਾ ਭਾਏ ਪੂਰੇ ਭਾਗ ਮਿਲਾਏ, ਸਦਾ ਸੁਖ ਸੁਹਾਗਣੀ ਭਾਏ ਅਨ ਦਿਨ ਰਤੀਆਂ ਰੰਗ ਲਾਏ। ਹਰ ਜੀਉ ਸ਼ਬਦੇ ਜਪਦਾ ਭਾਏ ਪੂਰੇ ਭਾਗ ਮਿਲਾਏ, ਸਦਾ ਸੁਖ ਸੁਹਾਗਣੀ ਭਾਏ ਅਨ ਦਿਨ ਰਤੀਆਂ ਰੰਗ ਲਾਏ। ਹਰ ਜੀ ਤੂੰ ਆਪੇ ਰੰਗ ਚੜਾਏ, ਗਾਵਹ ਰੰਗ ਰਾਤੇ ਉਪਾਏ, ਹਰ ਸੇਤੇ ਰੰਗ ਲਾਏ ਰਹਾ। ਗੁਰ ਕੀ ਕਾਰ ਕਮਾਵਣੀ ਭਾਏ ਆਪ ਛੋੜ ਚਿਤ ਲਾਏ, ਸਦਾ ਸਹਿਜ ਫਿਰ ਦੁੱਖ ਨਾ ਲੱਗੇ ਭਾਏ, ਹਰ ਆਪ ਵਸੈ ਮਨ ਆਏ, ਪਿਰ ਕਾ ਹੁਕਮ ਨ ਜਾਣਈ ਭਾਏ ਸਾ ਕੁਲੱਖਣੀ ਕੁਨਾ, ਮਨ ਹਠਕਾਰ ਕਮਾਵਣੀ ਭਾਏ ਵਿਣ ਨਾਮੈ ਕੂੜਿਆਰ, ਸੇ ਗਾਵਹਿ ਜਿਨ ਮਸਤਕ ਭਾਗ ਹੈ ਭਾਏ ਭਾਏ ਸੱਚੈ ਬੈਰਾਗ, ਅਨ ਦਿਨ ਰਾਤੇ ਗੁਣ ਰਵਹਿ ਭਾਏ ਨਿਰਭਉ ਗੁਰ ਲਿਵ ਲਾਗ। ਸਭਨਾ ਮਾਰ ਜਿਵਾਲ ਦਾ ਭਾਏ ਸੋ ਸੇਵਹਿ ਦਿਨ ਰਾਤ, ਸੋ ਕਿਉਂ ਮਨੋ ਵਿਸਾਰੀਐ ਭਾਏ ਜਿਸ ਦੀ ਵੱਡੀ ਹੈ ਦਾਤ। ਮਨਮੁਖ ਮੈਲੀ ਡੁੰਮਣੀ ਭਾਏ ਦਰਗੇ ਨਾਹੀਂ ਥਾਉ, ਗੁਰਮੁਖ ਹੋਵੇ ਤਾਂ ਗੁਣ ਰਵੇ ਭਾਏ ਮਿਲ ਪ੍ਰੀਤਮ ਸਾਚ ਸਮਾਉ। ਏਤ ਜਨਮ ਹਰ ਨਾ ਚੇਤਿਓ ਭਾਏ ਕਿਆ ਮੋਹ ਦੇਸੀ ਜਾਏ, ਕਿਹੜੇ ਪਵਨ ਦੇ ਮੋਹਾਇਨ ਭਾਏ ਵਿਖਿਆ ਨੋ ਲੁਭਾਏ। ਨਾਮ ਸਮਾਲੈ ਸੁਖ ਵਸੇ ਭਾਏ ਸਦਾ ਸੁਖ ਸ਼ਾਂਤ ਸਰੀਰ, ਨਾਨਕ ਨਾਮ ਸਮਾਲ ਤੂੰ ਭਾਏ ਅਪਰੰਪਰ ਗੁਣੀ ਗਹੀਰ। ਨਾਮ ਸਮਾਲੈ ਸੁਖ ਵਸੇ ਭਾਏ
ਸਦਾ ਸੁਖ ਸ਼ਾਂਤ ਸਰੀਰ, ਨਾਨਕ ਨਾਮ ਸੰਭਾਲ ਤੂੰ ਪਾਏ, ਅਪਰੰਪਰ ਗੁਣੀ ਗਹੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਹਾਰੀਆਂ ਲਵਾਈਆਂ। ਸਾਡੇ ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਕਸ਼ਮੀਰਾ ਸਿੰਘ ਲੌਰਾਂ ਵਾਲੇ, ਉਹਨਾਂ ਤੋਂ ਆਪ ਜੀ ਨੇ ਕਥਾ ਅਤੇ ਕੀਰਤਨ ਸਰਵਣ ਕੀਤਾ ਹੈ। ਬਾਬਾ ਜੀ ਦਾ ਜੋ ਇਸ ਫੇਰੀ ਦੇ ਦੋ ਦੀਵਾਨ ਆਪਣੇ ਗੁਰਦੁਆਰਾ ਸਾਹਿਬ ਵਿਖੇ ਸਨ, ਸ਼ਹੀਦ ਬਾਬਾ ਦੀਪ ਸਿੰਘ ਸੁਪਰੀਮ ਸਿੱਖ ਐਸੋਸੀਏਸ਼ਨ ਵੱਲੋਂ ਬਾਬਾ ਜੀ ਦਾ ਧੰਨਵਾਦ ਕਰਦੇ ਹਾਂ ਅਤੇ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਨਿਹਾਲ ਕੀਤਾ ਹੈ। ਬਾਬਾ ਜੀ ਨੂੰ ਬੇਨਤੀ ਹੈ ਹੱਥ ਬੰਨ ਕੇ ਅੱਗੇ ਤੋਂ ਜਦੋਂ ਵੀ ਸਮਾਂ ਬਣੇ ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਸ਼ਨੀਵਾਰ ਜਾਂ ਐਤਵਾਰ, ਕਿਉਂਕਿ ਉਸ ਟਾਈਮ ਸੰਗਤ ਥੋੜ੍ਹੀ ਹੋਰ ਵੀ ਲੋਕ ਕੰਮਾਂ ਤੋਂ ਆ ਕੇ ਸੰਗਤਾਂ ਹਾਜ਼ਰੀ ਭਰਨਾ ਚਾਹੁੰਦੀਆਂ ਹਨ, ਇਸ ਕਰਕੇ ਬੇਨਤੀ ਹੈ ਬਾਬਾ ਜੀ ਨੂੰ ਸਾਨੂੰ ਇਹ ਦੀਵਾਨ ਜ਼ਰੂਰ ਦਿੱਤੇ ਜਾਣ। ਸਮਾਂ ਬਣੇ ਗੁਰੂ ਸਾਹਿਬ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੋ ਜੋ ਹੁਣ ਮਰਿਆਦਾ ਹੈ ਗੁਰੂ ਘਰ ਦੀ ਬਾਬਾ ਜੀ ਨੂੰ ਅਤੇ ਸਿੰਘਾਂ ਨੂੰ, ਸੋ ਰੋਪੋ ਦੀ ਬਖਸ਼ਿਸ਼ ਮੈਂ ਬੇਨਤੀ ਕਰੂੰਗਾ ਭਾਈ ਸਾਹਿਬ, ਭਾਈ ਸਾਡੇ ਹੈੱਡ ਰਾਗੀ ਸਾਹਿਬਾਨ ਅਨੋਕ ਸਿੰਘ ਜੀ ਅਤੇ ਭਾਈ ਦਵਿੰਦਰ ਸਿੰਘ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆ ਕੇ ਸਰੂਪ ਜੀ ਦੀ ਮਰਿਆਦਾ ਹੈ, ਬਾਬਾ ਜੀ ਨੂੰ ਬੇਨਤੀ ਜੱਥੇ ਸਮੇਤ ਆਉਣ ਅਤੇ ਜੋ ਗੁਰੂ ਦੀ ਘਰ ਦੀ ਮਰਿਆਦਾ ਹੈ ਸਰੂਪੇ ਦੇ ਉਹ ਬਖਸ਼ਿਸ਼ ਲੈਣ ਜੀ। ਆਉਣ ਵਾਲੇ ਕੀਰਤਨ ਦੀਵਾਨਾਂ ਦੀ ਸੇਵਾ, ਅੱਜ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਗੁਰਿਆਈ ਦਿਵਸ ਹੈ। ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ।
ਗੁਰੂ ਸਾਹਿਬ ਕਿਰਪਾ ਕਰਨ ਅੱਜ ਦੇ ਦੀਵਾਨ ਜੋ ਸ਼ਾਮ ਦੇ ਦੀਵਾਨ ਮਹਾਂਪੁਰਸ਼ਾਂ ਨੇ ਕਥਾ ਅਤੇ ਕੀਰਤਨ ਦੁਆਰਾ ਛੇਵੇਂ ਪਾਤਸ਼ਾਹ ਜੀ ਦੇ ਇਤਿਹਾਸ ਦੇ ਸੰਬੰਧ ਵਿੱਚ ਕਥਾ ਅਤੇ ਕੀਰਤਨ ਦੁਆਰਾ ਹਾਜ਼ਰੀ ਭਰੀ ਗਈ ਹੈ। ਸੋ ਹੁਣ ਆਉਣ ਵਾਲੇ ਕੀਰਤਨ ਦੀਵਾਨ ਕੱਲ੍ਹ ਨੂੰ ਜੋ ਜੂਨ 1984 ਨੂੰ ਸ਼ਹੀਦਾਂ ਨੂੰ ਸਮਰਪਿਤ 1 ਤਰੀਕ ਤੋਂ ਲੈ ਕੇ ਜੋ 10 ਤਰੀਕ ਤੱਕ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਦੇ ਦੀਵਾਨ ਅਤੇ ਸੁਬਾਹ ਦੇ ਦੀਵਾਨ ਹੋਣਗੇ। ਕੱਲ੍ਹ ਨੂੰ ਢਾਡੀ ਯਥਾ ਮਨਦੀਪ ਸਿੰਘ ਪੋਹੀੜ ਸੰਗਤਾਂ ਨੂੰ ਢਾਡੀ ਵਾਰਾਂ ਰਾਹੀਂ ਸ਼ਾਮ ਦੇ ਦੀਵਾਨਾਂ ਵਿੱਚ ਕੱਲ੍ਹ ਅਤੇ ਪਰਸੋਂ ਦੋ ਦੀਵਾਨ ਢਾਡੀ ਜੱਥੇ ਦੇ ਆਪਣੇ ਗੁਰਦੁਆਰਾ ਸਾਹਿਬ ਵਿਖੇ ਹੋਣਗੇ। 5 ਅਤੇ 6 ਜੂਨ ਨੂੰ ਗਿਆਨੀ ਗੁਰਦੇਵ ਸਿੰਘ ਜੀ ਸੰਗਤਾਂ ਨੂੰ ਕੀਰਤਨ ਦੁਆਰਾ ਹਾਜ਼ਰੀ ਭਰਨਗੇ। 7 ਤਰੀਕ ਨੂੰ ਜੋ ਆਪਣੇ ਪੰਜਵੇਂ ਪਾਤਸ਼ਾਹ ਸੰਗਤਾਂ ਤੋਂ ਮਾਫ਼ੀ ਚਾਹੁੰਦੇ ਹਾਂ ਗੁਰੂ ਅਰਜਨ ਦੇਵ ਸ਼ਹੀਦੀ ਦੇ ਸੰਬੰਧ ਵਿੱਚ, ਜੋ 7 ਨੂੰ ਅਖੰਡ ਪਾਠ ਪ੍ਰਾਰੰਭ ਹੋਣਗੇ ਜਿਸ ਦੇ ਭੋਗ 9 ਤਰੀਕ ਨੂੰ ਪਾਏ ਜਾਣਗੇ। 10 ਤਰੀਕ ਨੂੰ ਪੰਚਮ ਪਾਤਸ਼ਾਹ ਸ਼ਹੀਦੀ ਦਿਵਸ ਹੈ, ਸੁਬਾਹ ਅਤੇ ਸ਼ਾਮ ਦੇ ਦੀਵਾਨ ਇਸੇ ਤਰ੍ਹਾਂ ਸ਼ਹੀਦੀ ਗੁਰਪੁਰਬ ਨੂੰ ਮੁੱਖ ਰੱਖ ਕੇ ਸਜਾਏ ਜਾਣਗੇ। ਇੱਕ ਬੇਨਤੀ ਹੋਰ ਹੈ ਸੰਗਤ ਨੂੰ ਕਿ 2 ਤਰੀਕ ਨੂੰ 2 ਜੂਨ ਨੂੰ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਟਾਊਨ ਹਾਲ ਵਿਖੇ ਜੋ ਪ੍ਰਦਰਸ਼ਨੀ ਅਤੇ ਸ਼ਹੀਦਾਂ ਨੂੰ ਸਮਰਪਿਤ ਉੱਥੇ ਸੰਗਤਾਂ ਦਾ ਇਕੱਠ ਰੱਖਿਆ ਗਿਆ ਹੈ ਔਰ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਨਾ ਹੈ। ਸੰਗਤ ਨੂੰ ਬੇਨਤੀ ਹੈ 12 ਵਜੇ ਤੋਂ ਇੱਥੋਂ ਸੰਗਤ ਨੇ ਜਾਣਾ ਹੈ। ਜੇ ਕਿਸੇ ਨੇ ਜਾਣਾ ਹੋਵੇ ਜਾਂ ਬੱਸ ਦਾ ਪ੍ਰਬੰਧ ਕੋਈ ਨਾ ਹੋਵੇ ਤਾਂ ਸਾਨੂੰ ਜਾਂ ਦਾਸ ਨੂੰ ਜਾਂ ਭਾਈ ਸਾਹਿਬ ਨੂੰ ਹੈਡਗੰਜ ਸਾਹਿਬ ਨੂੰ ਆਪਣਾ ਨਾਂ ਦੇ ਸਕਦੇ ਹੋ। ਪਾਰਕ ਲਈ ਗੁਰਦੁਆਰਾ ਸਾਹਿਬ ਤੋਂ ਬੱਸ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਸੋ ਸੰਗਤ ਨੂੰ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਵੱਧ ਤੋਂ ਵੱਧ 2 ਤਰੀਕ 2 ਜੂਨ 2 ਤੋਂ 4 ਟਾਊਨ ਹਾਲ ਵਿਖੇ ਆਪਣੀ ਸ਼ਮੂਲੀਅਤ ਕਰਨੀ, ਸ਼ਹੀਦਾਂ ਨੂੰ ਉੱਥੇ ਜੋ ਉਹਨਾਂ ਦੀ ਯਾਦ 'ਤੇ ਸਮਾਗਮ ਰੱਖੇ ਗਏ, ਜੋ ਪ੍ਰੋਗਰਾਮ ਰੱਖਿਆ ਗਿਆ ਆਪਣੀ ਸ਼ਮੂਲੀਅਤ ਕਰਨੀ ਹੈ। ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ। ਗੁਰੂ ਕੇ ਲੰਗਰ ਤਿਆਰ ਹਨ, ਗੁਰੂ ਸਾਹਿਬ ਦੇ ਸੁਖਾਸਣ ਤੋਂ ਉਪਰੰਤ ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣਾ ਜੀ। ਕੱਲ੍ਹ ਵੀ ਬੇਨਤੀ ਕੀਤੀ ਸੀ, ਸੰਗਤ ਨਵੀਂ ਆਈ ਹੈ, ਮਹਾਂਪੁਰਸ਼ਾਂ ਦੀ ਵੀ ਸੰਗਤ ਕਰਨ ਵਾਲੀ ਸੰਗਤ ਪਹੁੰਚੀ ਹੋਈ ਹੈ, ਇਸ ਕਰਕੇ ਦੱਸਣਾ ਬਹੁਤ ਜ਼ਰੂਰੀ ਹੈ। ਜੋ ਗੁਰਦੁਆਰਾ ਸਾਹਿਬ ਵਾਸਤੇ ਨਵੀਂ ਜਗ੍ਹਾ ਲਈ ਗਈ ਸੀ ਉਹ 2 ਹਫ਼ਤੇ ਪਹਿਲਾਂ ਗੁਰਦੁਆਰਾ ਸਾਹਿਬ ਦੇ ਨਾਮ 'ਤੇ ਰਜਿਸਟਰੀ ਹੋ ਗਈ ਹੈ। ਸੰਗਤ ਨੂੰ ਬੇਨਤੀ ਹੈ ਜੋ ਭਾਵਨਾ ਬਣਦੀ ਹੈ ਸ਼ਰਧਾ ਮੁਤਾਬਕ ਜ਼ਰੂਰ ਆਪਣਾ ਦਸਨ ਹੁੰਦੀ ਕਿਰਤ ਕਮਾਈ ਵਿੱਚੋਂ ਉਹਦੇ ਹਿੱਸਾ ਪਾਓ। ਤਕਰੀਬਨ 2.5 ਕਿੱਲੇ ਜ਼ਮੀਨ, 10,000 ਸਕੇਅਰ ਫੁੱਟ ਜਗ੍ਹਾ ਹੈ, ਉਹਦੇ ਵਿੱਚ 1 3-ਬੈਡਰੂਮ ਘਰ ਬਣਿਆ ਹੋਇਆ ਹੈ, 1 ਸ਼ੈੱਡ ਹੈ। ਕੌਂਸਲ ਦੀ ਅਪਰੂਵਲ ਤੋਂ ਬਾਅਦ ਜੋ ਕੌਂਸਲ ਦੀਆਂ ਰਿਕੁਆਇਰਮੈਂਟਾਂ, ਫਿਰ ਆਪਾਂ ਉੱਥੇ ਦੀਵਾਨ ਸ਼ੁਰੂ ਕਰਨੇ ਹਨ। ਸੰਗਤਾਂ ਨੇ ਬੜੀ ਭਾਵਨਾ ਦੇ ਨਾਲ ਸੇਵਾ ਕੀਤੀ ਹੈ, ਸੰਗਤਾਂ ਦੇ ਰਿਣੀ ਹੈ। ਹੋਰ ਵੀ ਬੇਨਤੀ ਹੈ ਸੰਗਤ ਨੂੰ, ਸੰਗਤਾਂ ਦੇ ਉਦਮ ਸਦਕੇ ਤਕਰੀਬਨ ਜੋ ਉੱਥੇ ਕੌਂਸਲ ਦੀ ਰਿਕੁਆਇਰਮੈਂਟ ਹੈ ਉਹ ਪੂਰੀਆਂ ਕਰਨ ਤੋਂ ਬਾਅਦ $3,00,000 ਦਾ ਉਹਦਾ ਖਰਚਾ ਹੈ, ਉਸ ਤੋਂ ਬਾਅਦ ਉੱਥੇ ਕੀਰਤਨ ਦੀਵਾਨ ਸੱਜਣਗੇ। ਅਪਰੂਵਲ ਕੌਂਸਲ ਦੇ ਪਾਈ ਹੋਈ ਹੈ, ਛੇਤੀ ਤੋਂ ਉੱਥੇ ਛੇਤੀ ਅਪਰੂਵਲ ਆਉਣ ਤੋਂ ਬਾਅਦ ਉਹ ਜੋ ਘਰ ਹੈ ਉਹਨੂੰ ਐਕਸਟੈਂਡ ਕਰਨਾ ਹੈ ਅਤੇ ਸੈਪਟਿਕ ਟੈਂਕ, ਗਰੀਸ ਟੈਪ, ਕਾਰ ਪਾਰਕਿੰਗ, 3 ਮੇਜਰ ਖਰਚੇ ਹੈ, ਇਹ ਕਰਨ ਤੋਂ ਉਪਰੰਤ ਉੱਥੇ ਜਦੋਂ ਵੀ ਇਹ ਸੇਵਾ ਸ਼ੁਰੂ ਹੋ ਗਈ ਸੰਗਤ ਨੂੰ ਦੱਸਿਆ ਜਾਊਗਾ। ਸੰਗਤ ਨੂੰ ਅਪੀਲ ਹੈ ਭਾਵਨਾ ਮੁਤਾਬਕ ਨਹੀਂ ਦੱਸਣ ਹੁੰਦੀ ਕਿਰਤ ਕਮਾਈ ਵਿੱਚੋਂ ਜ਼ਰੂਰ ਹਿੱਸਾ ਪਾਉਣਾ ਜੀ, ਬੇਨਤੀ ਪ੍ਰਵਾਨ ਕਰਨੀ। ਮਹਾਂਪੁਰਸ਼ਾਂ ਦਾ ਧੰਨਵਾਦ ਹੈ ਦੁਬਾਰਾ ਫਿਰ ਅੱਗੇ ਤੋਂ ਸਮਾਂ ਬਣਿਆ ਜ਼ਰੂਰ ਗੁਰੂ ਸਾਹਿਬ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ ਉਹਨਾਂ ਤੋਂ। ਆਪ ਜੀ ਨੂੰ ਪਤਾ ਹੈ ਵੱਖ ਵੱਖ ਕੰਟਰੀਆਂ 'ਚ ਬੜੀ ਕਿਰਪਾ ਹੈ ਔਰ ਆਪਣੇ ਇੰਡੀਆ ਵਿਖੇ ਬੜੀ ਗੁਰਮਤ ਦਾ ਪ੍ਰਚਾਰ ਕਰ ਰਹੇ ਹਨ, ਇਸੇ ਤਰ੍ਹਾਂ ਇਹ ਪ੍ਰਚਾਰ ਕਰਦੇ ਰਹਿਣ, ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਇਹ ਭਾਵਨਾ ਹੈ ਸੰਗਤ ਦੀ। ਅਰਦਾਸ ਬੇਨਤੀ ਹੈ ਗੁਰੂ ਸਾਹਿਬ, ਬੇਨਤੀ ਇਹ ਪ੍ਰਵਾਨ ਕਰਨ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ। ਸੰਗਤ ਨੂੰ ਬੇਨਤੀ ਹੈ ਕਿ ਜੇ ਗੁਰੂ ਕੇ ਲੰਗਰਾਂ ਦੀ ਸੇਵਾ ਜੋ ਭਾਵਨਾ ਬਣਦੀ ਹੈ, ਹਰ ਵੀਰਵਾਰ ਗੁਰਦੁਆਰਾ ਸਾਹਿਬ ਵੱਲੋਂ
ਹੋਮਲੈਸ ਪੀਪਲ ਵਾਸਤੇ ਲੰਗਰ ਦਿੱਤਾ ਜਾਂਦਾ ਹੈ, ਜੋ ਐਲਫਾ ਪਾਰਕ ਕੇਮਾਟ ਦੇ ਕੋਲੇ ਹੈ। ਜੋ ਵੀ ਸੇਵਾਦਾਰ ਸੇਵਾ ਕਰਨੀ ਚਾਹੁੰਦੇ ਹੋਣ ਸੇਵਾ ਕਰ ਸਕਦੇ ਹੋ। ਆਪ ਹੱਥੀਂ ਇੱਥੋਂ ਲੰਗਰ ਗੁਰਦੁਆਰਾ ਸਾਹਿਬ ਤੋਂ ਬਣ ਕੇ ਜਾਂਦਾ ਹੈ। ਕਿਸੇ ਬੱਚੇ ਨੂੰ ਕੋਈ ਗਰੋਸਰੀ ਦੀ ਜ਼ਰੂਰਤ ਹੈ, ਕੋਈ ਬੱਚਾ ਬਿਮਾਰ ਸਮਾਰ ਹੈ, ਜੋ ਕੰਮ ਨਹੀਂ ਕਿਸੇ ਬੱਚੇ ਨੂੰ, ਉਹਨੂੰ ਗੁਰਦੁਆਰਾ ਸਾਹਿਬ ਵੱਲੋਂ ਫਰੀ ਗਰੋਸਰੀ ਘਰ ਪ੍ਰੋਵਾਈਡ ਕੀਤੀ ਜਾਊਗੀ। ਇਹ ਬੇਨਤੀ ਪ੍ਰਵਾਨ ਕਰਨੀ ਫੁੱਲਾਂ ਚੁੱਕਾਂ ਦੀ ਖਿਮਾ ਬੁਲਾਓ। ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮੁਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਂਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ, ਅੰਤ ਕਰੇ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਲ ਮੁਹੱਲਾ ਪੰਜਵਾਂ। ਤਾਤੀ ਵਾਹੁ ਨ ਲੱਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲਗੇ ਨਾ ਪਾਈ। ਸਤਿਗੁਰ ਪੂਰਾ ਪੇਟਿਆ, ਜਨ ਬਣਤ ਬਣਾਈ, ਰਾਮ ਨਾਮ ਔਕਦ ਦੀਆ, ਇੱਕ ਕਾਲ ਬਲਾਈ ਰਾ। ਰਾਖ ਲੀਏ ਤਿੰਨ ਰੱਖਣ ਹਾਰ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਪਾਈ, ਪ੍ਰਭ ਭਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋਣਾ ਤੂੰ ਨਾ ਛੁਟੈ, ਨਿਕਟ ਨ ਜਾਇਓ ਦੂਤ। ਸਲੋਕ ਮੁਹੱਲਾ ਪੰਜਵਾਂ। ਮਨ ਮੈਂ ਚਿਤ ਬੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾਇਆ ਹਰੋ, ਹਰ ਦਿਹੋ ਨਾਨਕ ਕੇ ਮੀਤ। ਸੋਇਲਾ ਰਾ ਗੌੜੀ ਦੀਪ ਕੀ ਮੁਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸੁਰਿਓ ਸਿਰਜਨ ਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾ। ਨਿਤ ਨਿਤ ਜੀ ਅੜੇ ਸੰਭਾਲੀਆਂ, ਦੇਖੇਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸਮਾਰ। ਸੰਬਤ ਸਾਹ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਐਸੀ ਸੁਣਿਆ, ਜੋ ਹੋਵੈ ਸਾਹਿਬ ਸਿਓ ਮੇਲ। ਕਰ ਕਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸਦਨ ਹਾਰਾ ਸਿਮਰਿਐ, ਨਾਨਕ ਸੇ ਦੇਹੇ ਅਵਨ। ਰਾਗ ਆਸਾ ਮੁਹੱਲਾ ਪਹਿਲਾ। ਸ਼ੇ ਕਰ ਸ਼ੇ ਗੁਰ ਸ਼ੇ ਉਪਦੇਸ਼, ਗੁਰ ਗੁਰੇ ਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋਖਾ ਰਾਖ ਵਡਾਈ ਤੋਏ ਰਹਾ। ਵਿਸੁਏ ਚਸਿਆ ਘੜੀਆਂ ਪਹਿਰਾ, ਥਿੱਤੀ ਵਾਰੀ ਮਾਹੋ ਹੋਆ, ਸੂਰਜ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮੁਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ, ਅਨਹਦਾ ਸਵਦਵਾ ਜੰਤ ਪੇਰੀ ਰਹਾ।
ਸਹਿਸ ਨੈਨ ਨਨ ਨੈਨ ਹੈ ਤੋਹੇ ਕਉ, ਸਹਿਸ ਮੂਰਤ ਨਨ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਈ। ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਪਾਵੈ ਸੁ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹਿ ਆਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰ ਕੋ, ਹੋਏ ਜਾਂ ਤੇਰੇ ਨਾਏ ਵਾਸਾਰਾ। ਗੌੜੀ ਪੂਰਬੀ ਮੁਹੱਲਾ ਚੌਥਾ। ਕਾਮ ਕਰੋਧ ਨਗਰ ਬੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਓ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪਨ ਵੱਡਾ ਹੈ, ਕਰ ਡੰਡੌਤ ਪਨ ਵੱਡਾ ਹੈ ਰਹਾ, ਸਾਖਤ ਹਰ ਸਾਧਨਾ ਜਾਣਿਆ, ਤਿਨੇ ਅੰਤਰ ਹੋਮੇ ਕੰਡਾ ਹੈ, ਜਿਉਂ ਜਿਉਂ ਚਲੈ ਚੁਬੈ ਦੁੱਖ ਪਾਵੇ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਪਵ ਖੰਡਾ ਹੈ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬੋ ਸੋਭ ਖੰਡ ਬ੍ਰਹਿ ਮੁੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵੱਡਾ ਹੈ, ਜਨ ਨਾਨਕ ਨਾਮੇ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮੁਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਇਹਾ ਖਾਟ ਚਲੋ ਹਰ ਲਾਹਾ, ਔਦ ਘਟੈ ਦਿਨਸ ਮਨ ਗੁਰ ਮਿਲ ਕਾਜ, ਰਹਾਉ ਇਹੋ ਸੰਸਾਰ ਵਿਕਾਰ, ਸੰਸੇ ਮੈਂ ਤਰਿਓ ਜਿਸੇ ਜਗਾਏ, ਪਿਆਵੇ ਇਹੋ ਰਸ ਜਾਂ ਕੋ ਆਏ ਸੋਈ ਬਿਹਾਜੋ, ਹਰ ਨਿਜ ਕਰ ਮਹਿਲ ਬੋਰ ਨ ਹੋਏ ਗੋ, ਅੰਤਰ ਜਾਮੀ ਨਾਨਕ ਦਾਸ, ਅੰਤਰ ਜਾਮੀ ਨਾਨਕ ਦਾਸ, ਮੋਕੋ ਵਾਹਿਗੁਰੂ ਜੀ ਕਾ ਖਾਲਸਾ ਤੁਧਿਆ ਗੇ।